ਸਤਿਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲ ਰਿਹਾ ਹਾਂ। ਜਿਹੜਾ ਇੱਕ ਟੈਂਪਰੇਚਰ ਅੱਜ ਕਾਫੀ ਕੁਛ ਕਰ ਚੁੱਕਿਆ, -20 ਇੰਸਟੈਡ ਆਫ -5, ਇਹਦਾ ਦੇ ਬਾਰੇ ਅਗਲੇ ਮਹੀਨੇ ਸਾਡੀ ਤਿਆਰੀ ਹੈ। ਨਾਲ ਜੁੜੇ ਹੋਏ ਆ ਸੁਖਮਨਜੀਤ ਸਿੰਘ ਫਰੋਮ ਵੈਨਕੂਵਰ। ਸੁਖਮਨ, ਹਾਊ ਆਰ ਯੂ? ਫਾਈਨ ਸਰ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਰ, ਤੁਹਾਨੂੰ ਵੀ ਤੇ ਜੋ ਇਸ ਵੀਡੀਓ ਨੂੰ ਦੇਖ ਰਹੇ YouTube ਥਰੂ ਉਹਨਾਂ ਸਾਰਿਆਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਪਾਊਸ ਵੀਜ਼ਾ ਦੇ ਬਾਰੇ ਕਾਫੀ ਇੱਕ ਗਰਮ ਜੋਸ਼ੀ ਹੈ ਸਾਡੇ ਖਿਆਲਾਂ 'ਚ ਕਿ ਸਪਾਊਸ ਵੀਜ਼ਾ ਅਸੀਂ ਕਰਦੇ ਹਾਂ, ਸਪਾਊਸ ਵੀਜ਼ਾ ਦੇ ਬਾਰੇ ਅਸੀਂ ਐਨਾਲਾਈਜ਼ ਕਰਦੇ ਹਾਂ ਰਿਫਿਊਜ਼ਲ ਕੇਸਿਸ ਨੂੰ, ਜਿਹੜੇ ਕੈਪਸ ਨੋਟਸ ਹੈ, ਜਿਹੜੇ ਅੱਜ ਕੱਲ੍ਹ ਰੁਝਾਨ ਚੱਲ ਰਿਹਾ ਹੈ, ਜਿਹੜੇ ਇੰਟਰਵਿਊ ਕਿਸ ਤਰ੍ਹਾਂ ਕਰ ਰਹੇ ਹੈ, ਕੀ ਟ੍ਰੈਂਡ ਹੈ, ਉਹਦੇ ਬਾਰੇ ਅਸੀਂ ਕਾਫੀ ਰਿਸਰਚ, ਡੀਪ ਰਿਸਰਚ ਕਰਕੇ ਕੇਸ ਲੈਂਦੇ ਹਾਂ ਅਤੇ ਐਡਵਾਈਸ ਕਰਦੇ ਹਾਂ। ਇਸੇ ਸਿਲਸਿਲੇ ਵਿੱਚ ਸਾਡੀ ਇੱਕ ਫੇਰੀ ਜਿਹੜੀ ਚੱਲੇਗੀ ਸਟਾਰਟਿੰਗ ਫਰੋਮ ਫਰਵਰੀ 11 ਜਾਂ 10-11 ਤੋਂ, ਉਹਦੇ ਬਾਰੇ ਕੀ ਆਪਣਾ ਵਿਚਾਰ ਹੈ ਸੁਖਮਨ? ਕੀ ਕੀ ਕੁਛ ਤੁਸੀਂ ਐਕਸਪੈਕਟ ਕਰਦੇ ਹੋ, ਕਿਸ ਤਰ੍ਹਾਂ ਦੇ ਲੋਕਾਂ ਦੀ ਤੁਸੀਂ ਜ਼ਿਆਦਾ ਹੈਲਪ ਕਰ ਸਕਦੇ ਹੋ, ਕਿਹੜੇ ਕਿਹੜੇ ਇਸ਼ੂ ਇਸ ਵੇਲੇ ਚੱਲ ਰਹੇ ਹੈ ਜਿਹੜੇ ਅਸੀਂ ਫੇਸ ਕਰਾਂਗੇ ਸਪਾਊਸ ਵੀਜ਼ਾ ਕੇਸਿਸ ਬਾਰੇ? ਸਪਾਊਸ ਵੀਜ਼ਾ ਕੇਸਿਸ ਬਾਰੇ ਸਰ, ਆਪਣੇ ਕੋਲ ਮੋਸਟਲੀ ਮਤਲਬ ਹੁਣ ਤੇ ਇਸ ਟਾਈਮ ਹਰ ਤਰ੍ਹਾਂ ਦੇ ਲੋਕ ਆ ਸਕਦੇ ਕਿ ਜਿਨ੍ਹਾਂ ਨੇ ਪਲਾਨ ਕੀਤਾ ਆ ਕਿ ਨੈਕਸਟ ਟਾਈਮ ਉਹਨਾਂ ਨੇ ਈਵਨ ਮੈਰਿਜ ਕਰਨੀ ਵੀ ਆਉਣ ਵਾਲੇ 6 ਮਹੀਨੇ ਵਿੱਚ ਜਾਂ ਸਾਲ ਵਿੱਚ, ਅਤੇ ਉਹ ਕਿਸ ਤਰ੍ਹਾਂ ਸਾਰਾ ਪਲਾਨ ਕਰਨ। ਇਸ ਤੋਂ ਇਲਾਵਾ ਜਿਨ੍ਹਾਂ ਦੇ ਰਿਫਿਊਜ਼ ਹੋ ਚੁੱਕੇ ਆ ਕੇਸ, ਉਹ ਵੀ ਮਿਲ ਸਕਦੇ ਆ। ਜਿਨ੍ਹਾਂ ਨੇ ਫਰੈਸ਼ ਅਪਲਾਈ ਕਰਨਾ ਹੈ, ਜੇ ਫਸਟ ਟਾਈਮ ਅਪਲਾਈ ਕਰਨਾ ਆ, ਉਹ ਵੀ ਸਾਨੂੰ ਮਿਲ ਸਕਦੇ। ਮਤਲਬ ਜੋ ਵੀ ਕੋਈ ਵੀ ਉਹ ਇਨਸਾਨ ਜਿਹੜਾ ਆਉਣ ਵਾਲੇ 1 ਸਾਲ ਤੱਕ 1.5 ਸਾਲ ਤੱਕ ਸੋਚ ਰਿਹਾ ਆ ਜਾਂ ਜੋ ਆਲਰੇਡੀ ਰਿਫਿਊਜ਼ ਹੋ ਚੁੱਕਿਆ ਆ, ਔਰ ਉਹ ਸਾਨੂੰ ਆ ਕੇ ਮਿਲ ਸਕਦਾ ਹੈ। ਫਰੈਸ਼ ਕੇਸਿਸ ਦੋਸਤੋ, ਫਰੈਸ਼ ਕੇਸਿਸ ਤੋਂ ਤੁਸੀਂ ਸੋਚ ਰਹੇ ਹੋ, ਉਹਦੇ ਬਾਰੇ ਹੁਣ ਤੋਂ ਤਿਆਰੀ ਕਰਨਾ ਜ਼ਰੂਰੀ ਹੈ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਹੋਣੇ। ਜੇ ਫੋਰ ਐਗਜ਼ਾਮਪਲ ਜਿਸ ਲਾਈਕ ਬੈਂਕ ਸਟੇਟਮੈਂਟ, ਆਪਾਂ ਹਮੇਸ਼ਾ ਇੱਕ ਰਿਕਮੈਂਡ ਕਰਦੇ ਹਾਂ ਬੈਂਕ ਸਟੇਟਮੈਂਟ 'ਚ ਪੁਰਾਣੇ ਫੰਡਸ ਹੋਣਾ ਜ਼ਰੂਰੀ ਹੈ, 6 ਮਹੀਨੇ ਜਾਂ ਸਾਲ ਦੀ, ਜਿਹੜੇ ਤੁਹਾਡੇ ਕੋਲ ਅਗਰ ਬੈਂਕ ਫੰਡਸ ਹੋਣਗੇ ਤਾਂ ਵਧੀਆ ਤੁਹਾਡੀ ਇਸਟੈਬਲਿਸ਼ਮੈਂਟ ਪਰੂਫ ਹੋਏਗੀ। ਜੇਕਰ ਤੁਸੀਂ ਅੱਜ ਮੈਰਿਜ ਕਰਦੇ ਹੋ, ਕੱਲ੍ਹ ਨੂੰ ਸੋਚ ਰਹੇ ਹੋ ਕਿ ਅਗਲੇ ਹਫ਼ਤੇ ਤੁਸੀਂ ਵੀਜ਼ਾ ਫਾਈਲ ਲਾਓਗੇ, ਤਾਂ ਇਟ ਇਜ਼ ਵੈਰੀ ਪੋਸੀਬਲ ਕਿ ਤੁਹਾਡੇ ਕੋਲ ਬੈਂਕ ਸਟੇਟਮੈਂਟ ਪ੍ਰੋਪਰ ਨਹੀਂ ਹੋਣੀ। ਸੋ ਅਗਰ ਤੁਹਾਡੀ ਮੈਰਿਜ ਹੈ 6 ਮਹੀਨੇ ਬਾਅਦ ਜਾਂ 1 ਸਾਲ ਬਾਅਦ, ਤਾਂ ਹੁਣ ਤੋਂ ਹੀ ਤੁਹਾਨੂੰ ਅਗਰ ਪਤਾ ਲੱਗਦਾ ਕਿ ਬੈਂਕ ਸਟੇਟਮੈਂਟ ਕਿਸ ਤਰ੍ਹਾਂ ਦੀ ਸ਼ੋਅ ਕਰਨੀ ਹੈ, ਤੁਹਾਨੂੰ ਫਾਇਦਾ ਹੋ ਸਕਦਾ, ਰਾਈਟ? ਬਿਲਕੁਲ ਸਰ, ਕਿਉਂਕਿ ਕੁਛ ਡਾਕੂਮੈਂਟ ਆ ਜਿਹੜੇ ਜਿਵੇਂ ਬੈਂਕ ਸਟੇਟਮੈਂਟ ਹੋ ਗਈ, ਜਾਂ ਮੋਸਟਲੀ ਜਿਹੜੇ ਆਪਣੇ ਕਲਾਇੰਟਸ ਆ ਉਹ ਐਗਰੀਕਲਚਰ ਵਾਲੇ ਆ ਜਿਹੜੇ ਪੰਜਾਬ ਤੋਂ ਆ, ਤੇ ਉਹਨਾਂ ਦੇ ਵਿੱਚ ਕੇਸਿਸ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਸੋਰਸ ਆਫ ਇਨਕਮ ਕਲੀਅਰ ਨਹੀਂ ਹੁੰਦਾ। ਕਿ ਮੰਨ ਲਓ ਕਿਸੇ ਨੇ ਫਸਲ ਵੇਚੀ ਆਪਣੀ ਆੜਤੀ ਨੂੰ, ਉਹਨੇ ਪੈਸੇ ਕੈਸ਼ ਲੈ ਲਏ, ਫਿਰ ਉਹ ਟ੍ਰਾਂਜੈਕਸ਼ਨ ਦੁਬਾਰਾ ਤੇ ਹੋ ਨਹੀਂ ਸਕਦੀ ਕਿ ਅਸੀਂ ਪੈਸੇ ਲੈ ਲਏ, ਜਾਂ ਤੇ ਹੋਵੇ ਕਿ ਉਹ ਪੇ ਲੈ ਰਹੇ ਆ, ਸੈਲਰੀ ਲੈ ਰਹੇ ਆ ਪਰ ਮੰਥਲੀ, ਤੇ ਉਹਨਾਂ ਨੂੰ ਆ ਰਹੀ ਆ, ਚਲੋ ਇਸ ਮੰਥ ਦੀ ਨਹੀਂ ਆਈ, ਨੈਕਸਟ ਹੀ ਆਜੂ, ਇਹ ਤਾਂ ਫਿਰ ਇੱਕ ਸੀਜ਼ਨ ਤੋਂ ਅਗਲੇ ਸੀਜ਼ਨ ਤੇ ਗੱਲ ਚਲੇ ਜਾਣੀ ਆ। ਸੋ ਇਸ ਲਈ ਜੇ ਉਹ ਸੋਰਸ ਆਫ ਇਨਕਮ ਐਗਰੀਕਲਚਰ ਨੂੰ ਵਿਖਾ ਰਹੇ ਫੋਰ ਐਗਜ਼ਾਮਪਲ, ਤੇ ਉਹਨਾਂ ਨੂੰ ਉਹ ਪੇਮੈਂਟ ਕਿਵੇਂ ਲੈਣੀ ਆ, ਕਿਸ ਤਰ੍ਹਾਂ ਲੈਣੀ ਆ, ਉਸਦਾ ਕੀ ਪਰੂਫ ਰੱਖਣੇ ਆ, ਇਹੋ ਜਿਹੀਆਂ ਗੱਲਾਂ ਜਿਹੜੀਆਂ ਵਾ ਉਹਨਾਂ ਨੂੰ ਉਹ ਡਾਕੂਮੈਂਟੇਸ਼ਨ ਵਾਸਤੇ ਉਹ ਉਹਨਾਂ ਨੂੰ ਪਤਾ ਹੋਣੀ ਆ, ਜ਼ਰੂਰੀ ਆ। ਨਹੀਂ ਤੇ ਫਿਰ ਮੰਨ ਲਓ 6 ਮਹੀਨੇ ਬਾਅਦ ਇੱਕ ਸੀਜ਼ਨ ਆਉਂਦਾ, ਉਹ ਫਿਰ ਗੱਲ ਜਿਹੜੀ ਆ ਉਹ 6 ਮਹੀਨੇ ਲੇਟ ਹੋ ਜਾਣੀ, ਫਿਰ ਉਸ ਟਾਈਮ ਜੇ ਉਹ ਫੰਡਸ ਕਿਸੇ ਕੋਲ ਲੈ ਕੇ, ਜਾਂ ਮੰਨ ਲਓ ਆਪਣੀ ਸੇਵਿੰਗ ਦੇ ਫੰਡਸ ਵੀ ਉਹ ਪਾਉਂਦੇ ਆ, ਤੇ ਉਹਨੂੰ ਉਹ ਕਿਵੇਂ ਪ੍ਰੂਵ ਕਰਨਗੇ ਵੀਜ਼ਾ ਆਫੀਸਰ ਦੇ ਸਾਹਮਣੇ ਕਿ ਇਹ ਸਾਡੀ ਜਿਹੜੇ ਸੋਰਸ ਆਫ ਇਨਕਮ ਤੋਂ ਹੀ ਆਏ ਆ। ਸੋ ਇਸ ਲਈ ਜੇ ਮੰਨ ਲਓ ਕੋਈ ਨੈਕਸਟ ਸੀਜ਼ਨ ਜਿਹੜਾ ਉਹ ਵੀਟ ਦਾ ਆ, ਕਣਕ ਦਾ ਆ, ਜੇ ਉਹਨੇ ਪੈਸੇ ਪਹਿਲਾਂ ਹੀ ਆੜਤੀ ਕੋਲੋਂ ਲੈ ਲਏ, ਤੇ ਉਹਦੇ ਅਕਾਊਂਟ 'ਚ ਪੈਸੇ ਕਿਵੇਂ ਆਉਣਗੇ? ਤੇ ਜਿਹੜਾ ਉਹਦਾ ਮੇਨ ਜਿਹੜਾ ਡਾਕੂਮੈਂਟ ਹੈ ਇਸ ਟਾਈਮ, ਜਿਹੜੀ ਬੈਂਕ ਸਟੇਟਮੈਂਟ ਜਿਹੜੀ ਆ ਉਹ ਇਸ ਟਾਈਮ ਜਿਹੜੇ ਮੇਨ ਡਾਕੂਮੈਂਟ, ਜਿਵੇਂ ਮੰਨ ਲਓ ਵਾਈਫ ਦਾ ਸਟੱਡੀ ਪਰਮਿਟ ਹੋ ਗਿਆ, ਹਸਬੈਂਡ ਦਾ ਜਿਹੜਾ ਹੋ ਗਿਆ ਮੈਰਿਜ ਸਰਟੀਫਿਕੇਟ ਹੋ ਗਿਆ ਉਹਨਾਂ ਦਾ, ਉਸੇ ਤਰ੍ਹਾਂ ਉਸੇ ਕੈਟਾਗਰੀ ਦੇ ਵਿੱਚ ਹੁਣ ਜਿਹੜੀ ਬੈਂਕ ਸਟੇਟਮੈਂਟ ਵਾਲਾ ਡਾਕੂਮੈਂਟ ਹੈ ਉਹ ਵੀ ਉਸੇ ਕੈਟਾਗਰੀ ਵਿੱਚ ਹੀ ਆਉਣ ਲੱਗਿਆ, ਕਿਉਂਕਿ ਵੀਜ਼ਾ ਆਫੀਸਰ ਨੇ ਕਾਫੀ ਰਿਫਿਊਜ਼ਲ ਜਿਹੜੀਆਂ ਵਾ ਬੈਂਕ ਸਟੇਟਮੈਂਟ ਦੀ ਨੂੰ ਵੇਖ ਕੇ ਦਿੱਤੀਆਂ ਕਿ ਇਹਨਾਂ ਦੀ ਜਿਹੜੀ ਬੈਂਕ ਸਟੇਟਮੈਂਟ ਆ ਉਹਦੇ ਤੋਂ ਕੁਛ ਵੀ ਪ੍ਰੂਵ ਨਹੀਂ ਹੋ ਰਿਹਾ ਕਿ ਉਹਨਾਂ ਦਾ ਸੋਰਸ ਆਫ ਇਨਕਮ ਕੀ ਆ। ਸੋ ਇਸ ਤਰ੍ਹਾਂ ਦੇ ਕਲਾਇੰਟਸ ਜਿਹੜੇ ਆ, ਜਾਂ ਇਸ ਤਰ੍ਹਾਂ ਦੇ, ਇਸ ਤੋਂ ਇਲਾਵਾ ਹੋਰ ਇਸ ਤਰ੍ਹਾਂ ਦੇ ਕਈ ਡਾਕੂਮੈਂਟ ਆ ਜਿਨ੍ਹਾਂ ਨੂੰ ਟਾਈਮ ਲੱਗਦਾ ਬਣਨ 'ਤੇ, ਫਿਰ ਉਹ ਲੋਕ ਸਾਨੂੰ ਆ ਕੇ ਮਿਲ ਸਕਦੇ ਆ, ਕਿਉਂਕਿ ਜੇ ਹੁਣ ਤੋਂ ਹੀ ਉਹਨਾਂ ਨੂੰ ਪਤਾ ਹੋਊ ਕਿ ਨੈਕਸਟ ਜਿਹੜੇ ਡਾਕੂਮੈਂਟਸ ਆ ਉਹ ਕਿਵੇਂ ਪ੍ਰਿਪੇਅਰ ਕਰਨਾ, ਕਿਵੇਂ ਸਾਰਾ ਕੁਛ ਬਣਾਉਣਾ ਆ, ਅਤੇ ਉਹਨਾਂ ਨੂੰ ਉਹਦੇ ਵਿੱਚ ਕਾਫੀ ਹੈਲਪ ਮਿਲੂਗੀ। ਸਪੈਸ਼ਲੀ ਆਲਸੋ ਵਟ ਅਬਾਊਟ ਜਿਨ੍ਹਾਂ ਦੀ ਲਵ ਮੈਰਿਜ ਹੈ, ਜਿਨ੍ਹਾਂ ਦੀ ਇੰਟਰਕਾਸਟ ਮੈਰਿਜ ਹੈ, ਜਿਨ੍ਹਾਂ ਦੇ ਸੀਕ੍ਰੈਟਲੀ ਜਿਨ੍ਹਾਂ ਨੇ ਮੈਰਿਜ ਕਰਨੀ ਹੈ, ਜਾਂ ਸੀਕ੍ਰੈਟਲੀ ਇਨ ਸੈਂਸ ਕਿ ਮਤਲਬ ਜਿਨ੍ਹਾਂ ਨੂੰ ਪਬਲਿਕਲੀ ਡਿਸਪਲੇ ਨਹੀਂ ਕਰਨਾ, ਉਹਨਾਂ ਉਹਨਾਂ ਲਈ ਕੀ ਹੈ ਤੁਹਾਡੇ ਖਿਆਲ ਕਿ ਵੀ ਉਹ ਕਿਸ ਤਰ੍ਹਾਂ ਮੈਰਿਜ ਨੂੰ ਕਰਦੇ ਹੋਏ ਵੀ ਇੱਕ ਪਬਲਿਕਲੀ ਸ਼ੇਅਰ ਕਰ ਸਕਦੇ ਕਿ ਵੀ ਸਾਡੀ ਜੈਨੂਇਨਨੈਸ ਹੈ, ਕਿ ਅਸੀਂ ਨਹੀਂ ਇਹ ਇਸ ਤਰ੍ਹਾਂ ਨਹੀਂ ਕਰਨਾ ਕਿ ਵੀ ਕਿਸੇ ਨੂੰ ਪਤਾ ਨਾ ਲੱਗੇ, ਕਿਉਂਕਿ ਇੱਕ ਜ਼ਰੂਰ ਕਈ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੋਇਆ ਕਿ ਵੀ ਤੁਹਾਡੇ ਗੈਸਟ ਨਹੀਂ ਆਏ, ਗੈਸਟ ਸਿੰਪਲ ਮੈਰਿਜ ਕਿਉਂ ਕੀਤੀ ਤੁਸੀਂ, ਗੈਸਟ ਤੁਹਾਡੇ ਕੋਲ ਕਿਉਂ ਨਹੀਂ ਸ਼ੋਅ ਹੋ ਰਿਹਾ ਫੋਟੋਗ੍ਰਾਫਰ ਦਾ, ਉਹਦੇ ਬਾਰੇ ਕੀ ਖਿਆਲ ਹੈ?
ਸਰ ਉਹਦੇ 'ਚ ਗੈਸਟ ਕਿਉਂ ਉਹਦੇ ਵਿੱਚ ਤੇ ਵੇਖੋ ਜਿਹਨੇ ਲਵ ਮੈਰਿਜ ਕਰਨੀ ਹੈ ਜਿਹਦੇ ਵਿੱਚ ਪੇਰੈਂਟਸ ਦੀ ਕੰਸੈਂਟ ਨਹੀਂ ਹੈਗੀ ਉਹਦੇ 'ਚ ਤੇ ਨੈਚੁਰਲੀ ਆ ਕਿ ਗੈਸਟ ਨਹੀਂ ਹੋਣਗੇ ਬਟ ਉਹਦੇ ਵਿੱਚ ਉਹਨੂੰ ਫਿਰ ਉਹ ਇਸ ਚੀਜ਼ ਨੂੰ ਕੰਪਨਸੇਟ ਕਿਵੇਂ ਕਰ ਸਕਦਾ ਆ ਕਿ ਉਹ ਜਿਹੜੀ ਜਿਹੜੀ ਉਹਦੀ ਪੁਰਾਣੀ ਰਿਲੇਸ਼ਨ ਹਿਸਟਰੀ ਆ ਉਹ ਉਹਦੇ ਕੋਲ ਹੋਣੀ ਚਾਹੀਦੀ ਆ ਕਿ ਵੇਖੋ ਜੀ ਜੇ ਜੇ ਸਾਡੀ ਮੈਰਿਜ ਸਿੰਪਲ ਹੋਈ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਕੈਨੇਡਾ ਜਾਣ ਵਾਸਤੇ ਕੀਤੀ ਆ ਸਾਡਾ ਪੁਰਾਣਾ ਰਿਲੇਸ਼ਨ ਕਿੰਨੇ ਟਾਈਮ ਤੋਂ ਚੱਲਦਾ ਆ ਰਿਹਾ ਔਰ ਕਹਿਣ ਨਾਲ ਹੀ ਉਹ ਰਿਲੇਸ਼ਨ ਪ੍ਰੂਵ ਨਹੀਂ ਹੋ ਜਾਣਾ ਉਹਦੇ ਰਿਲੇਟਡ ਸਾਰੇ ਪ੍ਰੂਫ ਵੀ ਹੋਣੇ ਚਾਹੀਦੇ ਆ ਤੇ ਉਹਦੀ ਜਿਹੜੀ ਜਿਵੇਂ ਹੁਣ ਲੋਕ ਕਰ ਰਹੇ ਮੋਸਟਲੀ ਪੰਜਾਬ ਤੋਂ ਗਾਜ਼ੀਆਬਾਦ ਜਾ ਕੇ ਜਾਂ ਬੜੇ ਕਲਾਇੰਟਸ ਇਹੋ ਜਿਹੇ ਆ ਜਿਹੜੇ ਦਿੱਲੀ ਜਾ ਕੇ ਮੈਰਿਜ ਕਰਦੇ ਜਿਹੜੇ ਆਊਟ ਆਫ ਸਟੇਟ ਜਾ ਕੇ ਮੈਰਿਜ ਕਰਦੇ ਫਿਰ ਉੱਥੇ ਵੀ ਇੱਕ ਚੱਕ ਦੀ ਸੂਈ ਵੀਜ਼ਾ ਆਫਿਸਰ ਦੀ ਆਉਂਦੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਕਰਨਾ ਸੀ ਤੁਸੀਂ ਪੰਜਾਬ 'ਚ ਰਹਿ ਕੇ ਵੀ ਕਰ ਸਕਦੇ ਸੀ ਤੁਹਾਨੂੰ ਦਿੱਲੀ ਜਾਣ ਦੀ ਜਾਂ ਯੂਪੀ ਜਾਣ ਦੀ ਜਾਂ ਕਿਸੇ ਹੋਰ ਸਟੇਟ ਜਾਣ ਦੀ ਲੋੜ ਕਿਉਂ ਪਈ ਜਿਹੜੇ ਲੋਕ ਜਿਹੜੇ ਮਤਲਬ ਹਸਬੈਂਡਸ ਜਾਂ ਮੇ ਬੀ ਅਦਰ ਵੇ ਅਰਾਊਂਡ ਆਲਸੋ ਕੈਨੇਡਾ ਤੋਂ ਸਟੱਡੀ ਵੀਜ਼ਾ ਦੇ ਬਾਅਦ ਆ ਕੇ ਇਮੀਡੀਏਟਲੀ ਵਿਦਆਊਟ ਈਵਨ ਵੇਟਿੰਗ ਇੱਕ ਹਫ਼ਤੇ ਤੱਕ ਮੈਰਿਜ ਕਰਕੇ ਇੱਕ ਹਫ਼ਤਾ ਸਪੈਂਡ ਕਰਕੇ ਦੋ ਤਿੰਨ ਹਫ਼ਤੇ ਵਿੱਚ ਮੈਰਿਜ ਕਰਕੇ ਹਨੀਮੂਨ ਕਰਕੇ ਅਜੇ ਹਨੀਮੂਨ ਨਾ ਵੀ ਹੋਇਆ ਤਾਂ ਕਰਕੇ ਚਲੇ ਗਏ ਇਸ ਚੀਜ਼ ਨੂੰ ਕਈ ਵਾਰ ਉਹਨਾਂ ਨੇ ਓਬਜੈਕਸ਼ਨ ਲਾਇਆ ਕਿ ਵੀ ਤੁਹਾਡੀ ਮੈਰਿਜ ਬਹੁਤ ਜਲਦਬਾਜ਼ੀ 'ਚ ਹੋਈ ਹੈ ਹਿਸਟਰੀ ਮੈਰਿਜ ਜਿਹਨੂੰ ਕਿਹਾ ਅਤੇ ਨਾਲ ਮਤਲਬ ਸਪਾਊਸ ਇਮੀਡੀਏਟਲੀ ਕੈਨੇਡਾ ਨੂੰ ਵਾਪਸ ਚਲਾ ਗਿਆ ਉਹਦੇ ਉਹਦੇ ਬਾਰੇ ਕੀ ਖਿਆਲ ਹੈ ਇਸ ਤਰ੍ਹਾਂ ਦੇ ਸਰ ਮਤਲਬ ਬਹੁਤ ਸਾਰੇ ਕੇਸਿਸ ਆ ਮੈਂ ਮਤਲਬ ਹਰ ਬਾਰੇ ਇੰਨੇ ਕੇਸ ਆ ਕਿ ਦੱਸ ਹੀ ਨਹੀਂ ਸਕਦਾ ਕਿਉਂਕਿ ਸਾਡੇ ਕੋਲ ਰੋਜ਼ ਜਿਹੜੇ ਆ ਕਲਾਇੰਟਸ ਆਉਂਦੇ ਕੱਲ੍ਹ ਵੀ ਇੱਕ ਇੰਟਰਵਿਊ ਵਾਲਾ ਕਲਾਇੰਟ ਸੀ ਤੁਹਾਨੂੰ ਪਤਾ ਹੋਣਾ ਜਿਹਦੀ ਆਪਾਂ ਕੰਸਲਟੇਸ਼ਨ ਕੀਤੀ ਸੀ ਉਹਦਾ 2011 ਤੋਂ ਵਾਈਫ ਸੀ ਮਤਲਬ ਹਸਬੈਂਡ ਕੈਨੇਡਾ ਸੀ ਅਤੇ ਵਾਈਫ ਇੰਡੀਆ ਸੀ ਅਤੇ ਵਾਈਫ ਦਾ ਹਸਬੈਂਡ ਵਾਈਫ ਦਾ ਰਿਲੇਸ਼ਨ ਸੀ 2011 ਤੋਂ ਮਤਲਬ ਤੁਸੀਂ ਮੰਨ ਕੇ ਚਲੋ 8 ਸਾਲ ਪੁਰਾਣਾ 9 ਸਾਲ ਪੁਰਾਣਾ ਰਿਲੇਸ਼ਨ ਸੀ ਤੇ ਵੀਜ਼ਾ ਆਫੀਸਰ ਨੇ ਸਿਰਫ ਇਸੇ ਕਰਕੇ ਰਿਫਿਊਜ਼ ਕਰਤਾ ਕਿ ਜਦੋਂ ਤੁਹਾਡੀ ਮੈਰਿਜ ਹੋਈ ਤੁਹਾਡੇ ਹਸਬੈਂਡ ਸਿਰਫ ਇੱਥੇ 8 ਦਿਨ ਰਹੇ ਆ ਸੋ ਉਹ ਕੁਝ ਲੋਕ ਸੋਚਦੇ ਆ ਕਿ ਜੀ ਸਾਡਾ ਰਿਲੇਸ਼ਨ ਬੜਾ ਪੁਰਾਣਾ ਹੈ ਸਾਨੂੰ ਵੀਜ਼ਾ ਮਿਲ ਜਾਣਾ ਆ ਮਤਲਬ ਜਿਹੜਾ ਆਫਟਰ ਮੈਰਿਜ ਜਿਹੜਾ ਤੁਹਾਡਾ ਟਾਈਮ ਸਪੈਂਡ ਕਰਨਾ ਆ ਜੇ ਪੇਰੈਂਟਸ ਦੀ ਕੰਸੈਂਟ ਦੇ ਨਾਲ ਮੈਰਿਜ ਹੋਈ ਆ ਫਿਰ ਤੁਹਾਨੂੰ ਟਾਈਮ ਸਪੈਂਡ ਕਰਨਾ ਹੀ ਪੈਣਾ ਹੈ ਅਦਰਵਾਈਜ਼ ਤੁਸੀਂ ਕਹਿ ਸਕਦੇ ਜੇ ਵੀ ਜੀ ਸਾਡੇ ਪੇਰੈਂਟਸ ਦੀ ਕੰਸੈਂਟ ਨਹੀਂ ਸੀ ਤੇ ਉੱਧਰ ਜਾਣਾ ਸੀ ਤੇ ਫਿਰ ਇਸ ਕਰਕੇ ਅਸੀਂ ਇਹ ਸਾਰਾ ਕੁਝ ਇੰਨਾ ਟਾਈਮ ਸਪੈਂਡ ਨਹੀਂ ਕਰ ਸਕੇ ਪਰ ਜਦੋਂ ਸਾਰਿਆਂ ਦੀ ਕੰਸੈਂਟ ਆ ਫਿਰ ਤੁਸੀਂ ਟਾਈਮ ਨਹੀਂ ਸਪੈਂਡ ਕਰਦੇ ਜੇ ਜੇ ਮੰਨ ਲਓ ਤੁਹਾਡੇ ਕੋਲ ਟਾਈਮ ਨਹੀਂ ਆ ਤੁਸੀਂ ਮੈਰਿਜ ਕਰਵਾ ਲਈ ਤੁਹਾਡੇ ਕੋਲ ਟਾਈਮ ਨਹੀਂ ਆ ਤੁਸੀਂ ਅਪਲਾਈ ਨਾ ਕਰੋ ਇੱਕ ਸਮੈਸਟਰ ਬਾਅਦ ਜਾਂ ਜਦੋਂ ਜੇ ਉਹ ਵਰਕ ਪਰਮਿਟ ਤੇ ਆ ਤੇ ਉਹ 4-5 ਮਹੀਨੇ ਬਾਅਦ ਦੁਬਾਰਾ ਆਉਣ 1-2 ਮਹੀਨੇ ਇਕੱਠਿਆਂ ਸਪੈਂਡ ਕਰੋ ਉਸ ਤੋਂ ਬਾਅਦ 'ਚ ਅਪਲਾਈ ਕਰੋ ਇੱਕ ਬਹੁਤ ਬਹੁਤ ਵੱਡੀ ਇੱਕ ਕਮਜ਼ੋਰੀ ਹੈ ਐਪਲੀਕੇਸ਼ਨ ਦੀ ਕਿ ਸਪਾਊਸ ਕੈਨੇਡਾ ਤੋਂ ਗਿਆ ਛੇਤੀ ਨਾਲ ਮੈਰਿਜ ਕਰਾ ਲਈ 2 ਦਿਨ ਬਾਅਦ ਫਲਾਈਟ ਲੈ ਕੇ ਵਾਪਸ ਆ ਗਿਆ ਜਾਂ ਆ ਗਿਆ ਆ ਗਈ ਇਸ ਤੋਂ ਜ਼ਿਆਦਾ ਮਤਲਬ ਜ਼ਿਆਦਾ ਵੱਡੀ ਮਿਸਟੇਕ ਕੋਈ ਕਰ ਨਹੀਂ ਸਕਦਾ ਅਗਰ ਜੇਕਰ ਜਿਹਨੇ ਅਗਰ ਰਿਫਿਊਜ਼ ਕਰਾਉਣਾ ਹੈ ਉਸ ਤਰ੍ਹਾਂ ਕਰੇ ਕਈ ਵਾਰ ਆਪਾਂ ਇਹ ਸੋਚਦੇ ਹਾਂ ਕਿ ਵੀ ਜਿਹੜੇ ਸਪਾਊਸ ਹੈ ਕੈਨੇਡਾ ਉਹਨਾਂ ਕੋਲ ਟਾਈਮ ਨਹੀਂ ਹੈ ਉਹ ਕਹਿੰਦੇ ਜੀ ਮੈਂ ਪੜ੍ਹਾਈ ਕਰਨੀ ਹੈ ਜਿਸ ਤਰ੍ਹਾਂ ਹੁਣ ਫਰੈਸ਼ ਕੋਈ ਸਟੂਡੈਂਟ ਵਾਈਫ ਆਈ ਹੈ ਉਹਨੇ ਇੱਕ ਸਮੈਸਟਰ ਸ਼ੁਰੂ ਹੋ ਗਿਆ ਲੈਟਸ ਸੇ ਕਿ 1 ਮਹੀਨੇ ਬਾਅਦ ਫਿਰ ਉਹਨਾਂ ਨੂੰ ਲੱਗਦਾ ਕਿ ਜੀ ਮੇਰਾ ਬੁਆਏਫ੍ਰੈਂਡ ਤਾਂ ਉੱਥੇ ਰਹਿ ਗਿਆ ਜੀ ਮੇਰੀ ਮੈਂ ਵਿਆਹ ਕਰਨਾ ਉਹ ਕਹਿੰਦੇ ਚਲੋ ਠੀਕ ਹੈ ਆ ਜਾਓ ਕਈ ਵਾਰ ਏਜੰਟ ਵੀ ਇਸ ਤਰ੍ਹਾਂ ਕਰਦੇ ਕਿ ਤੁਸੀਂ ਪਹਿਲਾਂ ਚਲੇ ਜਾਓ ਉਹਦੇ ਬਾਅਦ ਫਿਰ ਕਰਨਾ ਅਗਰ ਜੇ ਆਲਰੇਡੀ ਮੈਰਿਡ ਹੈ ਜਾਂ ਆਲਰੇਡੀ ਅਗਰ ਮੈਰਿਜ ਦੀ ਗੱਲ ਚੱਲ ਰਹੀ ਹੈ ਅਤੇ ਫਿਰ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਫਿਰ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਅਤੇ ਫਿਰ ਉਹ ਅਗਰ ਆ ਕੇ ਮੈਰਿਜ ਕਰਾ ਵੀ ਗਏ ਉਹ ਕਹਿੰਦੇ ਜੀ ਮੈਰਿਜ ਤਾਂ ਕਰਾ ਲਈ ਹੁਣ ਚੇਤੀ ਨਾਲ ਵੀ ਵਾਪਸ ਵੀ ਜਾਣਾ ਹੈ ਹਫ਼ਤੇ ਬਾਅਦ 2 ਹਫ਼ਤੇ ਬਾਅਦ ਚਲੇ ਗਏ ਵਾਪਸ 100% ਰਿਫਿਊਜ਼ਲ ਹੈ ਉਹਨਾਂ ਦੀ ਹਾਂਜੀ ਸਰ ਬਿਲਕੁਲ ਕਿਉਂਕਿ ਉਹ ਦੇਖਦੇ ਆ ਕਿ ਮੈਰਿਜ ਤੋਂ ਬਾਅਦ ਦਾ ਤੁਹਾਡਾ ਰਿਲੇਸ਼ਨਸ਼ਿਪ ਕਿਵੇਂ ਆ ਇਹ 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 ਇੱਕ ਲੋਕ ਇੱਕ ਗੱਲ ਮੈਂ ਹੋਰ ਇੱਥੇ ਕਹਿਣਾ ਚਾਹੂੰਗਾ ਕਈ ਵਾਰ ਲੋਕ ਕੋਡ ਕਰਦੇ ਇਸ ਗੱਲ ਨੂੰ ਜੀ ਅੱਜ ਤੋਂ 6 ਮਹੀਨੇ ਪਹਿਲਾਂ ਤੁਸੀਂ ਇਸ ਤਰ੍ਹਾਂ ਕਿਹਾ ਸੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਅੱਜ ਤੋਂ 1 ਸਾਲ ਪਹਿਲਾਂ ਕੁਛ ਹੋਰ ਚੱਲਦਾ ਸੀ ਜਦੋਂ ਮੈਂ ਆਪਣੀ ਫਾਈਲ ਪ੍ਰਪੇਅਰ ਕਰ ਰਿਹਾ ਸੀ ਵੇਖ ਰਿਹਾ ਸੀ ਉਦੋਂ ਕੁਛ ਉਦੋਂ ਫੰਡਸ ਵਗੈਰਾ ਕੁਛ ਦੇਖਦੇ ਹੀ ਨਹੀਂ ਸੀ ਉਦੋਂ ਤੁਹਾਡਾ ਰਿਲੇਸ਼ਨਸ਼ਿਪ ਵੇਖਦੇ ਸੀ ਠੀਕ ਹੈ ਫਿਰ 6 ਮਹੀਨੇ ਬਾਅਦ ਉਹਨਾਂ ਨੇ ਕਿਹਾ ਵੀ ਜੀ ਘੱਟੋ ਘੱਟ ਜਿਹੜਾ ਤੁਹਾਡੇ ਜੇ ਤੁਹਾਡੇ ਅਕਾਊਂਟ ਦੇ ਵਿੱਚ ਫੰਡਸ ਨਹੀਂ ਹੈਗੇ ਸਾਨੂੰ ਫੰਡਸ ਚਾਹੀਦੇ ਜਿੱਥੋਂ ਮਰਜ਼ੀ ਆ ਜਾਣ ਚਾਹੇ ਤੁਸੀਂ ਵਾਈਫ ਦੇ ਅਕਾਊਂਟ ਦੇ ਵਿੱਚ ਪੈਸੇ ਪਵਾ ਦਿਓ ਕੈਨੇਡਾ ਦੇ ਵਿੱਚ ਜਿਹੜੇ ਪੈਸੇ ਟ੍ਰਾਂਸਫਰ ਫੰਡਸ ਕੀਤੇ ਉਹਨਾਂ ਦੇ ਵੀਜ਼ੇ ਲੱਗੇ ਬੜੇ ਆਸਾਨੀ ਦੇ ਨਾਲ ਫਿਰ ਉਹਨਾਂ ਨੇ ਉਸ ਤੋਂ ਬਾਅਦ 'ਚ 3-4 ਮਹੀਨੇ ਬਾਅਦ ਇਹ ਵੀ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਅਸ ਭਾਵੇਂ ਮਤਲਬ ਫੰਡਸ ਜਿਵੇਂ ਵੀ ਆ ਫੰਡਸ ਸਾਨੂੰ ਉਹ ਪਤਾ ਹੋਣਾ ਚਾਹੀਦਾ ਸਾਡੇ ਸਾਹਮਣੇ ਉਹਨਾਂ ਨੂੰ ਪ੍ਰੂਵ ਕਰੋ ਕਿ ਉਹ ਫੰਡਸ ਜਿਹੜੇ ਆ ਤੁਹਾਡੀ ਸੋਰਸ ਆਫ ਇਨਕਮ ਤੋਂ ਹੀ ਆਏ ਆ ਕਿਤੇ ਤੁਸੀਂ ਕਿਸੇ ਰਿਸ਼ਤੇਦਾਰ ਕੋ ਜਾਂ ਤੁਸੀਂ ਇੰਟਰਸਟ ਤੇ ਲੈ ਕੇ ਤੁਸੀਂ ਇਸ ਤਰ੍ਹਾਂ ਤੇ ਨਹੀਂ ਕਰ ਲਈ ਫਰੈਸ਼ ਫੰਡਸ ਨੂੰ ਉਹਨਾਂ ਨੇ ਜਿਹੜਾ ਡਿਨਾਈ ਕਰਨਾ ਚਾਹ ਸੋ ਇਹ 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 ਟਾਈਮ ਬਾਈ ਟਾਈਮ ਹੁੰਦਾ ਹੈ ਇਹ ਨਹੀਂ ਕਿ ਜਿਹੜੀ ਗੱਲ ਅੱਜ ਤੋਂ 1 ਸਾਲ ਪਹਿਲਾਂ ਕਹਿ ਦਿੱਤੀ ਗਈ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਚੱਲੇਗੀ ਇਹ ਸਾਰਾ ਕੁਝ ਚੇਂਜ ਹੁੰਦਾ ਰਹਿੰਦਾ ਹੈ 3-4 ਕਿਉਂਕਿ ਹੋ ਸਕਦਾ ਅੰਬੈਸੀ ਵੀ ਸਾਰਾ ਕੁਝ ਸਟੱਡੀ ਕਰਦੀ ਹੋਵੇ ਕੁਛ ਟਾਈਮ ਤੋਂ ਬਾਅਦ ਚ ਕਿ ਹਾਂ ਜੀ ਜੋ ਆਪਣੀ ਸਟ੍ਰੈਟਜੀ ਆ ਸਹੀ ਜਾ ਰਹੀ ਆ
ਕਿਤੇ ਲੋਕ ਇਹਦੇ ਵਿੱਚ ਵੀ ਉਹਨਾਂ ਨੇ ਕੋਈ ਲੂਪ ਹੋਲ ਤਾਂ ਨਹੀਂ ਲੱਭ ਲਿਆ ਕਿ ਉਹ ਉਹਦਾ ਯੂਜ਼ ਕਰਕੇ ਤੇ ਵੀਜ਼ਾਸ ਲੈ ਰਹੇ ਹੋ। ਸੋ ਇਹ ਟਾਈਮ ਬਾਏ ਹੁਣ ਜੋ ਟਾਈਮ ਚੱਲ ਰਿਹਾ ਹੁਣ ਉਹਦੇ ਵਿੱਚ ਤੁਹਾਡਾ ਰਿਲੇਸ਼ਨ ਸਟਰੋਂਗ ਤੇ ਹੋਣਾ ਹੀ ਚਾਹੀਦਾ ਆ, ਤੁਹਾਡਾ ਟਾਈਮ ਹੀ ਸਪੈਂਡ ਹੋਣਾ ਚਾਹੀਦਾ ਇਕੱਠਿਆਂ ਦਾ ਕਿ ਤੁਸੀਂ ਮੈਰਿਜ ਤੋਂ ਬਾਅਦ ਕਿੰਨਾ ਟਾਈਮ ਸਪੈਂਡ ਕੀਤਾ, ਜਿਹੜੇ ਤੁਸੀਂ ਫੰਡਸ ਦਿਖਾ ਰਹੇ ਜੀ ਉਹ ਕਿੱਥੋਂ ਆਏ ਆ, ਤੁਹਾਡੀ ਸੋਰਸ ਆਫ ਜੇ ਤੁਸੀਂ ਜੋਬ ਕਰਦੇ ਉੱਥੋਂ ਆਏ ਜਾਂ ਆੜ੍ਹਤੀ ਕੋ ਆਏ ਜਾਂ ਜਿੱਥੋਂ ਵੀ ਆਏ ਆ, ਉਹ ਸਾਰਾ ਕੁਛ ਚਾਹੀਦਾ ਤੇ ਫੰਡਸ ਪੁਰਾਣੇ ਚਾਹੀਦੇ। ਇਸ ਤਰ੍ਹਾਂ ਕਈ ਚੇਂਜਸ ਆ ਰਹੇ ਆ ਟਾਈਮ ਬਾਏ ਟਾਈਮ, ਜਿਹੜੇ ਨਵੇਂ ਆ ਰਹੇ ਆ, ਪੁਰਾਣੇ ਜਿਹੜੇ ਆ ਟ੍ਰੈਂਡਸ ਉਹ ਖਤਮ ਹੋ ਰਹੇ ਆ। ਸੋ ਇਸ ਤਰ੍ਹਾਂ ਨਹੀਂ ਆਪਾਂ ਚੱਲ ਸਕਦੇ ਜੀ, ਅੱਜ ਤੋਂ ਇੱਕ ਸਾਲ ਪੁਰਾਣੀ ਵੀਡੀਓ ਵੇਖ ਕੇ ਤੁਸੀਂ ਕਹਿ ਦਿਓ ਕਿ ਜੀ ਉਹਦੇ ਵਿੱਚ ਇਸ ਤਰ੍ਹਾਂ ਕਿਹਾ ਗਿਆ ਸੀ ਤੇ ਉਹਨੂੰ ਫੋਲੋ ਕਰ ਲਓ ਤੇ ਵੀਜ਼ਾ ਲੱਗ ਜਾਏਗਾ। 2 ਸਾਲ 2.5 ਸਾਲ ਪਹਿਲਾਂ ਜਦ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਉਸ ਵਕਤ ਤੇ ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਸਿਰਫ ਮੈਰਿਜ ਸਰਟੀਫਿਕੇਟ ਮੰਗਦੇ ਸੀ, ਸਿਰਫ ਮੈਰਿਜ ਸਰਟੀਫਿਕੇਟ, ਨਾ ਬੈਂਕ ਸਟੇਟਮੈਂਟ, ਨਾ ਮੈਰਿਜ ਫੋਟੋਜ਼, ਨਾ ਚੈਟਿੰਗ ਹਿਸਟਰੀ, ਨਥਿੰਗ। ਇਨਫੈਕਟ ਕਿ ਸਟੂਡੈਂਟ ਦਾ ਐਨਰੋਲਮੈਂਟ ਲੈਟਰ ਵਗੈਰਾ ਵੀ ਨਹੀਂ ਮੰਗਦੇ ਸੀ, ਸਿਰਫ ਸਟੱਡੀ ਪਰਮਿਟ, ਸਟੱਡੀ ਵੀਜ਼ਾ, ਸਟੱਡੀ ਪਰਮਿਟ ਅਤੇ ਮੈਰਿਜ ਸਰਟੀਫਿਕੇਟ ਨੂੰ ਦੇਖ ਕੇ ਕਈਆਂ ਦੇ ਵੀਜ਼ੇ ਉਹ ਲੱਗੇ। ਇਹ ਇਹ ਅੱਜ ਤਾਂ ਬਹੁਤ ਪੁਰਾਣੀ ਗੱਲ ਹੈ, 2-2.5 ਸਾਲ ਹੋ ਗਏ। ਪਰ ਐਨੀਵੇ ਇੱਕ ਚੀਜ਼ ਹੋਰ ਦੱਸੋ ਕਿ ਇੰਟਰਵਿਊ ਜਿਹੜੇ ਆ ਰਹੇ ਹੈ, ਜਿਹੜੇ ਫਿਜ਼ੀਕਲ ਇੰਟਰਵਿਊ ਆ ਰਹੇ ਹੈ, ਉਹਦੇ ਇਲਾਵਾ ਵੀ ਫੋਨ 'ਤੇ ਇੰਟਰਵਿਊ ਦੀ ਗੱਲਬਾਤ ਕੀਤੀ ਤੁਸੀਂ ਕਿ ਫੋਨ 'ਤੇ ਇੰਟਰਵਿਊ ਹੋ ਰਹੇ ਹੈ? ਹਾਂਜੀ ਸਰ, ਮੇਰੀ ਇੱਕ ਕਲਾਇੰਟ ਦੇ ਨਾਲ ਗੱਲ ਹੋਈ ਸੀ, ਉਹਨੂੰ ਇੱਕ ਦਿਨ ਪਹਿਲਾਂ ਮਤਲਬ ਉਹਨੂੰ ਕਾਲ ਆਈ ਦਿੱਲੀ ਅੰਬੈਸੀ ਤੋਂ, ਐਂਡ ਉਹਦੇ ਕੋਲੋਂ 5-6 ਮਿੰਟ ਉਹਨਾਂ ਨੇ ਇੰਟਰਵਿਊ ਦੀ ਕੀਤੀ, ਉਹਨੂੰ ਕੁਐਸਚਨਸ ਕੀਤੇ ਗਏ, ਤੇਰੀ ਵਾਈਫ ਕੀ ਕਰਦੀ? ਸੋ ਇਸ ਤਰ੍ਹਾਂ ਕਾਫੀ ਸਾਰੇ ਕੁਐਸਚਨ, ਇਹ ਕੁਐਸਚਨ ਹੁੰਦੇ ਆ ਹਰ ਕਿਸੇ ਦੀ ਪ੍ਰੋਫਾਈਲ 'ਤੇ, ਜੋ ਫਾਈਲ ਤੁਸੀਂ ਲਗਾਈ ਆ ਉਹਦੇ 'ਤੇ ਬੇਸ ਤੁਹਾਡੀ ਵਾਈਫ ਇਸ 'ਤੇ, ਉਹ ਕੁਐਸਚਨਸ ਜਿਹੜੇ ਆ ਉਹ ਚੇਂਜ ਵੀ ਹੋ ਸਕਦੇ ਆ ਕੇਸ ਟੂ ਕੇਸ। ਤੇ ਉਹਦੇ ਵਿੱਚ ਉਹਨੂੰ ਜੋ ਉਹਦੇ ਉਹਨਾਂ ਨੂੰ ਜੋ ਅਪਰੋਪਰੀਏਟ ਕੁਐਸਚਨਸ ਲੱਗੇ ਉਹਨਾਂ ਨੇ ਪੁੱਟ ਕੀਤੇ ਕੁਐਸਚਨਸ, ਅਤੇ ਉਹਨਾਂ ਉਹਨੇ ਆਂਸਰ ਵੀ ਦਿੱਤੇ ਆਪਣੇ ਵੱਲੋਂ ਕਲਾਇੰਟ ਨੇ। ਦੈਨ ਇੱਕ ਸਾਡਾ ਕਲਾਇੰਟ ਸੀ ਉੱਥੇ, ਉਹਨੇ ਉਹਦਾ ਫਰੈਂਡ ਸੀ, ਉਹਨੇ ਉਹਨੂੰ ਕਿਹਾ ਕਿ ਮਤਲਬ ਇਸ ਤਰ੍ਹਾਂ ਆ ਕਿ ਆ ਸਕਦੀ ਹੈ ਇੰਟਰਵਿਊ, ਅਤੇ ਉਹਨੇ ਫਿਰ ਮੈਨੂੰ ਕਾਲ ਕੀਤੀ ਅਤੇ ਮੈਂ ਜਦੋਂ ਆਪਾਂ ਉਹਦੇ ਨਾਲ ਕਾਨਫਰੰਸ 'ਤੇ ਗੱਲ ਕੀਤੀ, ਫਿਰ ਉਹਨੇ ਦੱਸਿਆ ਸਾਰਾ ਕੁਛ, ਅਤੇ ਉਹਨੇ ਜਿਹੜਾ ਉਹ ਨੰਬਰ ਸੀ ਉਹ ਵੈਬਸਾਈਟ 'ਤੇ ਵੀ ਦਿੱਲੀ ਅੰਬੈਸੀ ਦਾ ਹੀ ਸ਼ੋਅ ਹੋ ਰਿਹਾ ਸੀ, ਕੈਨੇਡਾ ਅੰਬੈਸੀ ਦਾ। ਐਂਡ ਆਫਟਰ ਦੈਟ ਉਹਨੂੰ ਆਪਾਂ ਇਹੀ ਸੋਚਿਆ ਸੀ ਕਿ ਸ਼ਾਇਦ ਇੱਕ ਇੱਕ ਨੈਕਸਟ ਡੇ ਤੇਰਾ ਕੋਈ ਨਾ ਕੋਈ ਡਿਸੀਜਨ ਆਊਗਾ ਜੇ ਇਹ ਰੀਅਲ ਹੋਈ ਜਿਹੜੀ ਇੰਟਰਵਿਊ। ਤੇ ਸਰ ਉਸ ਤੋਂ ਨੈਕਸਟ ਡੇ ਉਹਦੀ ਅਪਰੂਵਲ ਆ ਗਈ, ਇਟ ਮੀਨਸ ਉਹ ਜਿਹੜੀਆਂ ਕਾਲਸ ਆ ਰਹੀਆਂ ਆ ਉਹ ਅੰਬੈਸੀ ਤੋਂ ਹੀ ਆ ਰਹੀਆਂ ਆ, ਤੇ ਜਿਨ੍ਹਾਂ ਨੇ ਫਾਈਲ ਲਗਾ ਦਿੱਤੀ ਆ ਉਹਨਾਂ ਨੂੰ ਰੈਡੀ ਰਹਿਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੀ ਇਹ ਕਾਲ ਆ ਸਕਦੀ ਹੈ। ਦੋਸਤੋ ਤੁਸੀਂ ਸਾਡੀ ਗੱਲਬਾਤ ਸੁਣ ਰਹੇ ਹੋ, ਸੁਖਮਨਜੀਤ ਸਿੰਘ ਲਾਈਨ ਤੇ ਜੁੜੇ ਹੋਏ ਆ। ਇਹਨਾਂ ਦੀ ਖੂਬੀ ਇਹ ਹੈ ਕਿ ਇਹ ਸਪਾਊਸ ਵੀਜ਼ਾ ਦੇ ਕਿਹੜੇ ਨੇ, ਇਹ ਬਹੁਤ ਰਿਸਰਚ ਕਰਦੇ ਆ ਸਪਾਊਸ ਵੀਜ਼ਾ ਦੇ ਬਾਰੇ, ਤੇ ਮੈਂ ਚੈਲੰਜ ਕਰਦਾ ਕਿਸੇ ਵੀ ਲੋਇਰ ਜਾਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਜਿਹੜਾ ਅੱਜ ਇਸ ਵਕਤ ਜਿਹੜੇ ਕੈਨੇਡਾ ਵਿੱਚ ਬਿਜ਼ਨਸ ਕਰ ਰਿਹਾ ਲਾਇਸੈਂਸ ਲੋਇਰ, ਕਿਸੇ ਕੋਲ ਵੀ ਸਪਾਊਸ ਵੀਜ਼ਾ ਦਾ ਸਪੈਸ਼ਲਿਸਟ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਜੋ ਸੁਖਮਨਜੀਤ ਦੀ ਇੱਕ ਨੌਲੇਜ ਹੈ, ਐਕਸਪੀਰੀਅੰਸ ਹੈ। ਇਹ ਆਪ ਵੀ ਸਪਾਊਸ ਦੀ ਵੀਜ਼ਾ ਲੈ ਕੇ ਆਏ ਹੋਏ ਹੈ, ਇਹ ਆਪ ਉਸ ਪ੍ਰੋਸੈਸ ਤੋਂ ਲੰਘ ਚੁੱਕੇ ਹੈ। ਸੋ ਇਹ ਤੁਹਾਡਾ ਇੱਕ ਸੁਨਹਿਰਾ ਮੌਕਾ ਹੈ, ਜੇ ਤੁਸੀਂ ਮਿਲਣਾ ਹੈ ਸੁਖਮਨ ਨੂੰ ਮਿਲਣਾ ਹੈ ਤੁਸੀਂ, ਇਹਨਾਂ ਨੇ ਫਰਵਰੀ ਮਿਡਲ ਆਫ ਵੀਕ ਜਿਹੜਾ ਮੈਂ ਡੇਟਸ ਲਿਖ ਚੁੱਕਿਆ ਹੈ, ਅਸੀਂ ਦੋਨਾਂ ਨੇ ਉੱਥੇ ਪੰਜਾਬ ਹੋਣਾ ਹੈ। ਜੇ ਅਗਰ ਤੁਹਾਡੇ ਵੀਜ਼ੇ ਨਹੀਂ ਲੱਗ ਰਹੇ ਹੈ ਕਿਸੇ ਵੀ ਤਰੀਕੇ ਨਾਲ, ਤੁਸੀਂ ਇਹ ਸੋਚ ਰਹੇ ਹੋ ਕਿ ਵੀ ਕੋਈ ਵੀ ਤਰੀਕਾ ਮਿਲ ਜਾਏ ਕਿਸ ਤਰ੍ਹਾਂ ਅਗਰ ਵੀਜ਼ਾ ਲੱਗ ਜਾਏ ਜਾਂ ਕੋਈ ਵੀ ਜੋ ਕੋਈ ਸੋਲੂਸ਼ਨ ਆਪਾਂ ਦੇਖ ਸਕਦੇ ਹਾਂ, ਇਹ ਸੁਖਮਨ ਜੀ ਇਹ ਤੁਹਾਡੇ ਕੇਸ ਨਾਲ ਡਾਇਰੈਕਟਲੀ ਗੱਲਬਾਤ ਕਰਕੇ ਤੁਹਾਡੇ ਡਾਕੂਮੈਂਟਸ ਦੇਖ ਕੇ ਤੁਹਾਨੂੰ ਔਨ ਦਾ ਸਪੋਟ ਰਾਏ ਦੇਣਗੇ ਆਪਣੀ, ਅਤੇ ਉਹਦੇ ਬਾਅਦ ਅਗਰ ਜੇ ਤੁਹਾਡੀ ਤਿਆਰੀ ਹੈ ਡਾਕੂਮੈਂਟਸ ਹੈ ਤਾਂ ਆਪਾਂ ਫਿਰ ਪੇਪਰ ਫਾਈਲ ਜਿਹੜੇ VFS ਫਾਈਲ ਔਨ ਦਾ ਸਪੋਟ ਉੱਥੋਂ ਹੀ ਪੰਜਾਬ ਤੋਂ ਕਰ ਸਕਦੇ ਹਾਂ, ਔਨਲਾਈਨ ਵੀ ਕਰ ਸਕਦੇ ਹਾਂ। ਸੋ ਜ਼ਰੂਰ ਤੁਸੀਂ ਅਪੁਆਇੰਟਮੈਂਟ ਬਣਾਓ, ਅਪੁਆਇੰਟਮੈਂਟ ਦੀ ਫੀਸ ਜ਼ਰੂਰ ਰੱਖੀਏ $275 ਵਿੱਚ ਇਸ ਐਡਵਾਈਸ ਦੇਣ ਲਈ। ਬਾਕੀ ਐਡਵਾਈਸ ਲੈਣ ਦੇ ਬਾਅਦ ਤੁਸੀਂ ਅਗਰ ਕੇਸ ਅਗਰ ਆਪਣੇ ਆਪ ਲਾਉਣਾ ਤਾਂ ਆਪਣੇ ਆਪ ਕਰ ਦਿਓ, ਜੇ ਕਿਸੇ ਤੋਂ ਕਰਵਾਉਣਾ ਕਰ ਸਕਦੇ ਹੋ ਸਾਡੇ ਤੋਂ ਕਰਵਾਉਣਾ ਤਾਂ ਅਸੀਂ ਫੀਸ ਉਹ ਲੈਸ ਕਰ ਦਿਆਂਗੇ। ਸੋ ਅਸੀਂ ਅੰਮ੍ਰਿਤਸਰ, ਲੁਧਿਆਣਾ ਐਂਡ ਚੰਡੀਗੜ੍ਹ ਦੇ ਅਪੁਆਇੰਟਮੈਂਟਸ ਲੈ ਰਹੇ ਹਾਂ, ਦਿੱਲੀ ਤਾਂ ਨਹੀਂ ਲੈ ਰਹੇ ਮੇਰੇ ਇਸ ਵਕਤ, ਪਰ ਕਿਉਂਕਿ ਅਗਰ ਜੇ ਦਿੱਲੀ ਦਾ ਹੋਣਗੇ ਹੋਏਗਾ ਤਾਂ ਫਿਰ ਦੇਖਾਂਗੇ ਕਿ ਦਿੱਲੀ ਕਿੰਨੇ ਕਲਾਇੰਟਸ ਹੋਣਗੇ, ਪਰ ਇਸ ਵਕਤ ਪੰਜਾਬ ਦੀ ਫੇਰੀ ਦੀ ਗੱਲ ਕਰ ਰਹੇ ਹਾਂ ਕਿ ਅਗਰ ਪੰਜਾਬ ਤੁਸੀਂ ਮਿਡਲ ਆਫ ਫਰਵਰੀ, ਸਟਾਰਟਿੰਗ ਫਰੋਮ ਫੈਬਰੀ 10th ਟਿਲ ਫੈਬਰੀ 22nd ਜਾਂ 23rd, 2 ਹਫ਼ਤੇ ਦਾ ਟਾਈਮ ਹੈ। ਜੇ ਆਪਣੇ ਕੇਸ ਬਾਰੇ ਤੁਸੀਂ ਗੱਲ ਕਰਨੀ ਹੈ ਤਾਂ ਆ ਜਾਓ, ਸੁਖਮਨਜੀਤ ਨੂੰ ਡਾਇਰੈਕਟਲੀ ਤੁਸੀਂ ਮਿਲੋ, ਫੇਸ ਟੂ ਫੇਸ ਮਿਲੋ, ਆਪਣੇ ਜੋ ਵੀ ਤੁਹਾਡੇ ਡਾਊਟਸ ਨੇ ਕਲੈਰੀਫਾਈ ਕਰੋ, ਅਤੇ ਥੱਲੇ ਅਸੀਂ ਲਿੰਕ ਪਾਇਆ ਹੋਇਆ, ਲਿੰਕ 'ਤੇ ਤੁਸੀਂ ਆਪਣਾ ਰਜਿਸਟਰ ਜ਼ਰੂਰ ਕਰਨਾ, ਰਜਿਸਟਰ ਕਰਕੇ ਹੀ ਤੁਹਾਨੂੰ ਇੱਕ ਕਨਫਰਮ ਅਪੁਆਇੰਟਮੈਂਟ ਮਿਲੇਗਾ ਕਿ ਇਸ ਤਰੀਕ ਨੂੰ ਇਸ ਲੋਕੇਸ਼ਨ 'ਤੇ ਤੁਹਾਡੀ ਅਪੁਆਇੰਟਮੈਂਟ ਕਨਫਰਮ ਹੈ। ਸੋ ਉਸ ਤਰੀਕੇ ਨਾਲ ਤੁਸੀਂ ਆਪਣਾ ਆ ਸਕਦੇ ਹੋ, ਪਰ ਹਰੇਕ ਨੂੰ ਕੰਸਲਟੇਸ਼ਨ ਐਗਰੀਮੈਂਟ ਸਾਈਨ ਕਰਨਾ ਹੈ ਅਤੇ ਫੀਸ ਪੇ ਕਰਨੀ ਹੈ, ਫਿਰ ਆਓਗੇ। ਅਦਰਵਾਈਜ਼ ਅਸੀਂ ਔਨ ਦਾ ਸਪੋਟ ਇਸ ਤਰ੍ਹਾਂ ਨਹੀਂ ਕਰਨਾ ਕਿ ਵੀ ਬਗੈਰ ਕੋਈ ਅਪੁਆਇੰਟਮੈਂਟ ਆ ਜਾਏ।
ਕੁਛ ਲੋਕਾਂ ਦੇ ਸੁਪਨ ਜੀ ਤੁਸੀਂ ਕਹਿ ਰਹੇ ਸੀ ਕੁਛ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਵੀ ਉਹ ਆਨਲਾਈਨ ਨਹੀਂ ਪੇ ਕਰ ਸਕਦੇ ਜਾਂ ਕ੍ਰੈਡਿਟ ਕਾਰਡ ਤੋਂ ਜਾਂ ਡੈਬਿਟ ਕਾਰਡ ਤੋਂ ਨਹੀਂ ਪੇ ਕਰਦੇ, ਉਹਨਾਂ ਲਈ ਕੀ ਹੈ ਤੁਹਾਡੀ ਸਟ੍ਰੈਟਜੀ ਜਾਂ ਸੋਲੂਸ਼ਨ? ਸਰ ਉਹਨਾਂ ਦਾ ਇਸ ਤਰ੍ਹਾਂ ਹੈ ਕਿ ਜਿਹੜੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਮਤਲਬ ਉਸ ਗੱਲ ਦਾ ਆਂਸਰ ਦੇਣਾ ਚਾਹੂੰਗਾ ਵੀ ਕਿ ਉਹ ਇੱਥੇ ਮੈਂ ਇਹ ਗੱਲ ਨਾਲ ਐਗਰੀ ਨਹੀਂ, ਇੱਥੇ ਸਾਰੇ ਸਰ ਬੈਸਟ ਆ, ਹਰ ਬੰਦਾ ਆਪਣੀ ਮਿਹਨਤ ਕਰ ਰਿਹਾ ਹੈ ਕਿ ਕੋਈ ਵੀ ਏਜੰਟ ਜਾਂ ਕੰਸਲਟੈਂਟ ਜਿਹੜਾ ਉਹ ਇਹ ਨਹੀਂ ਚਾਹੁੰਦਾ ਕਿ ਮੇਰੇ ਕਲਾਇੰਟ ਦਾ ਵੀਜ਼ਾ ਰਿਫਿਊਜ਼ ਹੋ ਜਾਏ, ਤੇ ਹਰ ਬੰਦਾ ਆਪਣੇ ਅਕੋਰਡਿੰਗ ਮਤਲਬ ਕੰਮ ਕਰ ਰਿਹਾ ਆ, ਆਪਣਾ ਬੈਸਟ ਦੇ ਰਿਹਾ ਆ, ਤਾਂ ਇੱਥੇ ਮੈਨੂੰ ਪਰ ਥੋੜੀ ਜਿਹੀ ਉਹਨਾਂ ਦੇ ਬੈਸਟ ਤੇ ਤੁਹਾਡੇ ਬੈਸਟ ਤੇ ਫਰਕ ਹੈ। ਨਹੀਂ ਉਹ ਸਾਡੇ ਤੋਂ ਵੀ ਬੈਸਟ ਬੈਠੇ ਹੋਣਗੇ, ਮਤਲਬ ਆਪਾਂ ਇੱਕ ਕਹਿ ਨਹੀਂ ਸਕਦੇ ਕਿਸੇ ਬਾਰੇ। ਚਲੋ ਕੋਈ ਗੱਲ ਨਹੀਂ, ਇਸ ਚੀਜ਼ ਨਾਲ ਮੈਂ ਇਸ ਚੀਜ਼ ਦਾ ਐਗਰੀ ਨਹੀਂ ਵੀ ਸਾਰੇ ਬੈਸਟ ਆ, ਹਰ ਬੰਦਾ ਕਿਉਂਕਿ ਆਪਣੀ ਮਿਹਨਤ ਕਰ ਰਿਹਾ, ਉਹਨੂੰ ਇਹ ਕਿ ਮੇਰੇ ਕਲਾਇੰਟ ਦਾ ਵੀਜ਼ਾ ਲੱਗੇ ਤੇ ਇੱਕ ਕਲਾਇੰਟ ਦਾ ਲੱਗੇ, ਸਾਰਿਆਂ ਦੇ ਲੱਗਣ, ਬਾਕੀ ਹਰ ਬੰਦਾ ਕਿਸੇ ਦੀ ਹਾਂ ਮਿਹਨਤ ਦੇ ਵਿੱਚ ਜੋ ਉਹਦੇ ਕੋਲ ਹੈ ਉਹਨੂੰ ਯੂਜ਼ ਕਰ ਰਿਹਾ, ਕਿਸੇ ਕੋਲ ਵੱਧ ਹੋ ਸਕਦਾ, ਕਿਸੇ ਕੋਲ ਘੱਟ ਹੋ ਸਕਦਾ। ਸਰ ਦੂਸਰੀ ਗੱਲ ਰਹੀ ਅਪੋਇੰਟਮੈਂਟਸ ਦੀ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਥੋੜ੍ਹੀ ਜਿਹੀ ਇੱਥੇ ਪਹਿਲਾਂ ਕੁਛ ਐਡ ਕਰਨਾ ਚਾਹਾਂਗਾ ਕਿ ਕਈ ਜਿਹੜੇ ਲੋਕ ਨੇ ਹਨਾ ਉਹ ਪਹਿਲਾਂ ਅਪਲਾਈ ਕਰ ਚੁੱਕੇ ਆ। ਇੱਕ ਰੀਸੈਂਟ ਸਾਡੇ ਕੋਲ ਇਸ ਇੱਕ ਡਿਵੈਲਪਮੈਂਟ ਹੋਈ ਕਿ ਮਤਲਬ ਉਹ ਅਪਲਾਈ ਕਰ ਚੁੱਕਿਆ ਸੀ, ਉਹਦੇ ਪੁਰਾਣੇ ਏਜੰਟ ਨੇ, ਪੰਜਾਬ ਦਾ ਕਾਫੀ ਮਸ਼ਹੂਰ ਏਜੰਟ ਸੀ ਉਹ, ਮਤਲਬ ਕਾਫੀ ਯੂਟਿਊਬ ਲਾਈਵ ਹੋਣ ਵਾਲਾ ਜਾਂ ਮਤਲਬ ਫੇਸਬੁੱਕ ਤੇ ਵੀ ਲਾਈਵ ਹੋਣਾ ਉਹਨਾਂ ਨੇ, ਮਤਲਬ ਸਾਡੇ ਮੇਰੇ ਸੀਨੀਅਰ ਹੀ ਨੇ ਸਾਰੇ ਹੀ, ਮੈਂ ਸਾਰਿਆਂ ਤੋਂ ਬਾਅਦ 'ਚ ਹੀ ਆਇਆ ਇਸ ਇੰਡਸਟਰੀ 'ਚ। ਉਹਨਾਂ ਨੇ ਉਹਦੀ ਕੋਈ ਇਨਫੋਰਮੇਸ਼ਨ ਹਾਈਡ ਕਰ ਲਈ, ਐਂਡ ਜਦੋਂ ਉਹਦੀ ਇਨਫੋਰਮੇਸ਼ਨ ਹਾਈਡ ਕਰ ਲਈ ਤੇ ਨੈਕਸਟ ਟਾਈਮ ਅਸੀਂ ਉਹਨੂੰ ਇਹ ਗੱਲ ਉਹਨੂੰ ਦੱਸ ਦਿੱਤੀ ਸੀ ਉਦੋਂ ਹੀ ਕਿ ਤੇਰੀ ਇਹ ਜੋ ਤੇਰਾ ਪਲੱਸ ਪੁਆਇੰਟ ਸੀ ਕਿ ਤੇਰੀ ਵਾਈਫ ਇੱਕ ਹੋਰ ਜੋਬ ਕਰ ਰਹੀ ਆ, ਉਹਦੇ ਕੋਲ ਸਫੀਸ਼ੀਐਂਟ ਫੰਡ ਹੈਗੇ ਆ, ਉੱਥੋਂ ਵੀ ਆ ਰਹੇ ਆ, ਮਤਲਬ ਇਹਨੂੰ ਵੀਜ਼ਾ ਆਫਿਸਰ ਨੂੰ ਦਿਖਾਉਣਾ ਚਾਹੀਦਾ ਸੀ ਕਿ ਜੇ ਤੇਰੀ ਬੇਟੀ ਜਾਂ ਤੂੰ ਜਾ ਰਿਹਾ ਆ ਤੇ ਉਹਦੇ ਕੋਲ ਫੰਡਸ ਹੈਗੇ ਆ। ਬਟ ਇਹ ਉਹਨੇ ਕਿਹਾ, ਉਹਨੇ ਲਾਸਟ ਫਾਈਲ ਦੇ ਵਿੱਚ ਜਦੋਂ ਸਾਡੇ ਕੋਲ ਆਇਆ ਉਸ ਤੋਂ ਪਹਿਲੀ ਫਾਈਲ ਦੇ ਵਿੱਚ ਉਹਨੇ ਇਹ ਕਹਿ ਦਿੱਤਾ ਕਿ ਤੇਰੀ ਇਹ ਜਿਹੜੀ ਇਹਦੀ ਕਲਾਇੰਟ ਦੀ ਮੇਰੇ ਦੀ ਵਾਈਫ ਹੈ ਉਹ ਜਿਹੜੀ ਆ ਸਿਰਫ ਇੱਕ ਜੋਬ ਕਰ ਰਹੀ ਆ ਤੇ ਉਹਦੇ ਕੋਲ 20,000 ਜਿੰਨੇ ਵੀ ਉਹ ਫੰਡਸ ਹੈਗੇ ਆ। ਸਰ ਵੀਜ਼ਾ ਆਫਿਸਰ ਦਾ ਇਹ ਕੰਸਰਨ ਆ ਗਿਆ ਜੀ, ਜੇ ਉਹ ਇੱਕ ਜੋਬ ਕਰ ਰਹੀ ਉਹਦੇ ਕੋਲ 20,000 ਕਿਵੇਂ ਆ ਗਏ, ਐਂਡ ਫਿਰ ਉਹ ਰਿਫਿਊਜ਼ ਹੋ ਕੇ ਨੈਕਸਟ ਟਾਈਮ ਸਾਡੇ ਕੋਲ ਆਇਆ ਤੇ ਉਸ ਟਾਈਮ ਤੇ ਅਸੀਂ ਉਹਨੂੰ ਇਹ ਦੱਸਤਾ ਸੀ ਕਿ ਇਹ ਤੇਰੀ ਪ੍ਰੋਬਲਮ ਆਏਗੀ, ਆ ਸਕਦੀ ਆ, ਮਤਲਬ ਕਿਉਂਕਿ ਹੋ ਸਕਦਾ ਨਾ ਆਵੇ, ਬਟ ਇਸ ਦਾ ਜੇ ਆਪਾਂ ਕਹਿ ਸਕਦੇ ਕਿ ਫਿਰ ਉਹ ਅਸੀਂ ਉਹਦੀ ਫਾਈਲ ਲਗਾਈ ਤੇ ਉਹ ਰਿਫਿਊਜ਼ ਹੋਇਆ ਦੁਬਾਰਾ, ਤੇ ਜਦੋਂ ਉਹਦੇ ਕੈਪਸ ਨੋਟ ਆਏ ਜਾਂ MP ਇਨਕੁਆਇਰੀ ਆਈ ਤੇ ਉਹਦੇ 'ਚ ਸੇਮ ਗੱਲ ਨਿਕਲ ਕੇ ਆਈ ਕਿ ਤੁਸੀਂ ਸਾਨੂੰ ਉਹ ਪੈਸੇ ਦੱਸੋ ਉਸ ਟਾਈਮ ਤੇ ਉਹ ਪੈਸੇ ਕਿੱਥੋਂ ਆਏ। ਸੋ ਇਹੋ ਜਿਹੇ ਲੋਕ ਵੀ ਸਾਨੂੰ ਮਿਲ ਸਕਦੇ ਕਿਉਂਕਿ ਉਹਨਾਂ ਦੇ ਕੋਲ ਹੁਣ ਕੋਈ ਰਸਤਾ ਨਹੀਂ ਆ ਕਿ ਉਹ ਦੁਬਾਰਾ ਅਪਲਾਈ ਕਰ ਸਕਣ। ਜੇ ਉਹ ਦੁਬਾਰਾ ਅਪਲਾਈ ਕਰਦੇ ਆ ਉਹ 50-50 ਆ, ਉਹਨਾਂ ਤੇ ਬੈਨ ਵੀ ਲੱਗ ਸਕਦਾ, ਉਹਨਾਂ ਨੂੰ ਵੀਜ਼ਾ ਵੀ ਮਿਲ ਸਕਦਾ, ਇਹ ਡਿਪੈਂਡ ਕਰਦਾ ਵੀਜ਼ਾ ਆਫਿਸਰ ਤੇ। ਜਾਂ ਤੇ ਉਹ ਇਸ ਗੱਲ ਨੂੰ ਇਸ ਤਰ੍ਹਾਂ ਲੈ ਸਕਦਾ ਕਿ ਤੁਸੀਂ ਲਾਸਟ ਟਾਈਮ ਮੈਨੂੰ ਮਿਸਰੀਪ੍ਰੈਜੈਂਟ ਕੀਤਾ ਆਪਣੇ ਕੇਸ ਨੂੰ, ਤੇ ਜਾਂ ਉਹ ਇਹ ਵੀ ਕਹਿ ਸਕਦਾ ਕਿ ਮੈਨੂੰ ਉਹਦਾ ਆਨਸਰ ਮਿਲ ਗਿਆ ਤੇ ਇਹ ਜਿਹੜਾ ਵਾ ਮੈਂ ਇਸ ਕੇਸ ਨੂੰ ਅਪਰੂਵ ਕਰ ਸਕਦਾ। ਸੋ ਉਹਨਾਂ ਦੇ ਵਿੱਚ ਆਪਾਂ ਇਹ ਸਾਰੀ ਉਹਨਾਂ ਨਾਲ ਡਿਸਕਸ਼ਨ ਕੀਤੀ ਤੇ ਉਹਨਾਂ ਦਾ ਡਿਸੀਜਨ ਇਹ ਸੀ ਕਿ ਮੈਂ ਰਿਸਕ ਨਹੀਂ ਲੈਣਾ, ਜੇ ਮੇਰੀ ਵਾਈਫ ਨੇ PR ਅਪਲਾਈ ਕਰਨੀ ਜਾਂ PNP ਅਪਲਾਈ ਕਰਨੀ ਮੈਂ ਉਸ ਤੋਂ ਬਾਅਦ 'ਚ ਜਾ ਸਕਦਾ। ਸੋ ਕੁਛ ਕੇਸਿਸ ਇਸ ਤਰ੍ਹਾਂ ਦੇ ਬਣ ਚੁੱਕੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਦੁਬਾਰਾ ਅਪਲਾਈ ਕਰਨਾ ਰਿਸਕੀ ਹੋਊਗਾ। ਮੈਂ ਕਿਸੇ ਨੂੰ ਡਰਾ ਨਹੀਂ ਰਿਹਾ, ਮੈਂ ਇਹ ਨਹੀਂ ਕਹਿ ਰਿਹਾ, ਬਸ ਮੈਂ ਇਹ ਦੱਸ ਰਿਹਾ ਵੀ ਇਸ ਤਰ੍ਹਾਂ ਦਾ ਰਿਸਕ ਕਈ ਕੇਸਿਸ ਦੇ ਵਿੱਚ ਹੁੰਦਾ ਆ ਜਿਹਦੇ ਵੱਲ ਆਪਣਾ ਖਿਆਲ ਨਹੀਂ ਜਾਂਦਾ, ਜਾਂ ਆਪਾਂ ਨੂੰ ਕਿਉਂਕਿ ਅਸੀਂ ਕਰਦੇ ਰਹਿੰਦੇ ਹਾਂ ਸਾਰਾ ਕੰਮ ਤੇ ਸਾਨੂੰ ਪਤਾ ਹੁੰਦਾ, ਆਮ ਇੱਕ ਕਲਾਇੰਟ ਵਿਚਾਰੇ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਫਾਈਲ ਦੇ ਵਿੱਚ ਕੀ ਹੋ ਚੁੱਕਿਆ ਹੈ। ਸੋ ਜਿਹਨਾਂ ਨੂੰ ਖੁਦ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਪੁਰਾਣੇ ਏਜੰਟ ਨੇ ਕੁਛ ਮਿਸਰੀਪ੍ਰੈਜੈਂਟ ਕਰ ਦਿੱਤਾ ਆ ਤੇ ਹੁਣ ਉਹਨਾਂ ਨੇ ਨੈਕਸਟ ਟਾਈਮ ਕੀ ਕਰਨਾ, ਉਸ ਚੀਜ਼ ਦਾ ਆਂਸਰ ਦੇਣਾ ਆ ਜਾਂ ਕੇਸ ਨੂੰ ਨਹੀਂ ਕਰਨਾ ਜਾਂ ਕਿਸ ਤਰ੍ਹਾਂ ਕਰਨਾ, ਉਹ ਲੋਕ ਵੀ ਸਾਨੂੰ ਆ ਕੇ ਮਿਲ ਸਕਦੇ ਆ, ਕਿਉਂਕਿ ਉਹਨਾਂ ਨੂੰ ਅਸੀਂ ਇੱਥੇ ਕੇਸ ਲੈਣ ਨਹੀਂ ਆ ਰਹੇ, ਅਸੀਂ ਜਸਟ ਅਡਵਾਈਸ ਦੇਵਾਂਗੇ, ਕੇਸ ਉਹ ਲਵਾਂਗੇ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਕੁਛ ਹੋ ਸਕਦਾ ਹੈ। ਇੱਕ ਐਗਜ਼ਾਮਪਲ ਮੈਂ ਦੇ ਦਿਆਂ, ਕਿਉਂਕਿ ਕੇਸਿਸ ਤਾਂ ਸਾਡੇ ਕੋਲ ਰੋਜ਼ ਦੇ, ਤੁਸੀਂ ਦੇਖ ਲਓ ਕਿ ਰੋਜ਼ ਦੇ ਚਾਰ ਪੰਜ ਕੇਸਿਸ, ਨਵੇਂ ਕੇਸਿਸ, ਰਿਫਿਊਜ਼ ਕੇਸਿਸ, ਕੰਪਲਿਕੇਟਡ ਕੇਸਿਸ ਰੋਜ਼ ਹੀ ਅਸੀਂ ਦੇਖ ਰਹੇ ਹਾਂ। ਕੱਲ ਪਰਸੋਂ ਹੀ ਇੱਕ ਕਿਸੇ ਦਾ ਫੋਨ ਆਇਆ ਜਿਹਦੇ ਵਿੱਚ ਸਟੂਡੈਂਟ ਵਾਈਫ ਜਿਹੜੀ ਆਈ ਹੋਈ ਹੈ, ਜਿਸ ਟਾਈਮ ਉਹ ਅਪਲਾਈ ਕਰ ਰਹੀ ਸੀ ਸਟੂਡੈਂਟ ਵੀਜ਼ਾ ਲਈ ਏਜੰਟ ਤੋਂ, ਉਸ ਟਾਈਮ ਉਹ ਅਨਮੈਰਿਡ ਸੀ, ਲੇਕਿਨ ਜਦ ਉਹ ਵੀਜ਼ਾ ਐਪਲੀਕੇਸ਼ਨ ਕਰਦੇ ਕਰਦੇ ਜਦੋਂ ਵੀਜ਼ਾ ਲੱਗ ਗਿਆ, ਉਹਦੇ ਬਾਅਦ ਉਹਨੇ ਮੈਰਿਜ ਕਰ ਲਈ ਅਤੇ ਸਟੇਟਸ ਮੈਰਿਡ ਹੋ ਗਿਆ। ਲੇਕਿਨ ਆਈ ਐਮ ਸੋਰੀ, ਮੇ ਬੀ ਨਾਟ ਐਕਚੁਲੀ, ਕਿ ਮੈਰਿਡ ਹੋਣ ਦੇ ਬਾਅਦ ਵੀਜ਼ਾ ਇਸ਼ੂ ਹੋਇਆ,
ਉਸ ਟਾਈਮ ਉਹਨਾਂ ਦੀ ਮੈਰਿਜ ਦੀ ਗੱਲਬਾਤ ਚੱਲ ਰਹੀ ਸੀ, ਵੀਜ਼ਾ ਇਸ਼ੂ ਹੋ ਗਿਆ ਪਰ ਉਹ ਮੈਰਿਜ ਸਟੇਟਸ ਬਣ ਗਿਆ ਅਤੇ ਉਹਨਾਂ ਨੇ ਉਹਨੂੰ ਨਾ ਐਮਬੈਸੀ ਨੂੰ ਇਨਫੋਰਮ ਕੀਤਾ ਕਿ ਮੈਂ ਮੈਰਿਡ ਹੈ। ਉਹ ਸਿੰਗਲੀ ਸ਼ੋਅ ਹੋ ਰਿਹਾ ਪਤਾ ਨਹੀਂ ਕਿੰਨੇ ਚਿਰ ਤੋਂ। ਤੋ ਉਹ ਹੁਣ ਫਿਊਚਰ ਵਿੱਚ ਜਦ ਵੀ ਹਸਬੈਂਡ ਨੂੰ ਅਪਲਾਈ ਕਰਦੀ ਹੈ ਤੇ ਹੁਣ ਸਵਾਲ ਪੈਦਾ ਹੋ ਗਿਆ ਕਿ ਵੀ ਮੈਰਿਜ ਕਦੋਂ ਹੋਈ ਹੈ, ਤੁਸੀਂ ਉਸ ਟਾਈਮ ਕਿਉਂ ਨਹੀਂ ਦੱਸਿਆ, ਜਾਂ ਏਅਰਪੋਰਟ ਤੇ ਆ ਕੇ ਕਿਉਂ ਨਹੀਂ ਡਿਸਕਲੋਜ਼ ਕੀਤਾ। ਸੋ ਇੱਕ ਬਹੁਤ ਵੱਡੀ ਪ੍ਰੋਬਲਮ ਸ਼ੁਰੂ ਹੋ ਗਈ, ਦਿਸ ਵਿਲ ਲਾਈਕਲੀ ਕੌਜ਼ ਮਿਸ ਰੈਪ੍ਰੈਜੈਂਟੇਸ਼ਨ। ਇਸ ਤਰ੍ਹਾਂ ਦੇ ਕੇਸ ਜ਼ਰੂਰ ਤੁਸੀਂ ਆ ਕੇ, ਅਗਰ ਜਿਸ ਤਰ੍ਹਾਂ ਤੁਹਾਡਾ ਕੋਲ ਹੈ ਕੋਈ, ਜ਼ਰੂਰ ਆ ਕੇ ਤੁਸੀਂ ਮਿਲੋ। ਕਈ ਵਾਰ ਔਰ ਇੱਥੇ ਇੱਥੇ ਸਰ ਮੈਂ ਇੱਕ ਹੋਰ ਇੱਕ ਇੱਕ ਮਤਲਬ ਮੇਰੇ ਕੋਲ ਇੱਕ ਇੱਕ ਕਾਫੀ ਕਲਾਇੰਟਸ ਦਾ ਫੋਨ ਆਇਆ ਕਿ ਕਿਸੇ ਪੰਜਾਬ ਮੈਂ ਇਹ ਉਸੇ ਏਜੰਟ ਦੀ ਗੱਲ ਹੈ ਜਿਹਨੇ ਕਿਸੇ ਦੀ ਇਨਫੋਰਮੇਸ਼ਨ ਹਾਇਰ ਕੀਤੀ। ਉਹਦੇ ਜਿਹੜੇ ਅੱਗੇ ਬੈਠੇ ਸੀ ਉਹਨਾਂ ਨੇ, ਜਿਹੜਾ ਉਹਨਾਂ ਦਾ ਸਟਾਫ ਸੀ, ਉਹਨਾਂ ਨੇ ਕਾਫੀ ਲੋਕਾਂ ਨੂੰ ਇਹ ਕਹਿ ਕੇ ਡਰਾਇਆ ਆ ਕਿ ਤੁਹਾਡੀ ਮੈਰਿਜ ਜਿਹੜੀ ਆ, ਜਦੋਂ ਤੁਸੀਂ ਤੁਹਾਡੀ ਵਾਈਫ ਨੇ ਸਟੂਡੈਂਟ ਵੀਜ਼ਾ ਜਿਹੜਾ ਫਾਈਲ ਕੀਤਾ ਪੋਸਟ ਟਾਈਮ ਜਦੋਂ ਉਹਨਾਂ ਦੀ ਫਾਈਲ ਅੰਬੈਸੀ 'ਚ ਗਈ ਤੇ ਉਸ ਤੋਂ ਬਾਅਦ 'ਚ ਹੋਈ ਆ, ਤੇ ਤੁਹਾਡੇ ਤੇ ਮਿਸ ਰੀਪ੍ਰੈਜੈਂਟੇਸ਼ਨ ਦਾ ਕੇਸ ਹੋ ਜਾਣਾ, ਤੁਹਾਡਾ 5 ਸਾਲ ਦਾ ਬੈਨ ਲੱਗ ਜਾਣਾ, ਇਸ ਮੈਰਿਜ ਨੂੰ ਕੈਂਸਲ ਕਰਵਾ ਕੇ ਇਹਨੂੰ ਪਿਛਲੀ ਡੇਟ ਦੇ ਵਿੱਚ ਰਜਿਸਟਰਡ ਕਰਵਾਓ। ਇਸ ਤਰ੍ਹਾਂ ਦਾ ਦੋਸਤੋ, ਇਸ ਤਰ੍ਹਾਂ ਦਾ ਕੁਛ ਨਹੀਂ ਤੁਹਾਡੇ ਤੇ ਮਿਸ ਰੀ ਤੁਹਾਡੇ ਤੁਸੀਂ ਮੈਰਿਜ ਕਿਸ ਟਾਈਮ ਕਰੋ, ਇਹਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ। ਜੇ ਤੁਹਾਡੀ ਵਾਈਫ ਦੀ, ਹਾਂ ਇਸ ਤਰ੍ਹਾਂ ਥੋੜਾ ਕਿ ਜਿੰਨੇ ਸਟੂਡੈਂਟ ਵੀਜ਼ਾ ਦੀ ਜਿਹਦੀ ਫਾਈਲ ਅੰਡਰ ਪ੍ਰੋਸੈਸਿੰਗ ਚੱਲ ਰਹੀ ਹੈ ਤੇ ਉਹ ਕਦੀ ਮੈਰਿਜ ਹੀ ਨਹੀਂ ਕਰਵਾ ਸਕਦੀ ਉਹਨੇ ਟਾਈਮ ਦੇ ਵਿੱਚ, ਇਹ ਕਿੱਥੇ ਲਿਖਿਆ, ਇਸ ਤਰ੍ਹਾਂ ਨਹੀਂ ਹੋ ਸਕਦਾ। ਹਾਂ ਉਹ ਇੱਕ ਰੈੱਡ ਫਲੈਗ ਹੈ ਕਿ ਤੁਹਾਡੀ ਇੰਟੈਂਸ਼ਨ ਜਿਹੜੀ ਆ ਉਹ ਕੈਨੇਡਾ ਜਾਣ ਲਈ ਹੈ ਕਿ ਇਸ ਲੜਕੀ ਦੀ ਫਾਈਲ ਲੱਗੀ ਆ ਤੇ ਹੁਣ ਮੈਰਿਜ ਕਰਵਾ ਲਓ, ਇਹਦਾ ਵੀਜ਼ਾ ਆ ਗਿਆ ਤੇ ਆਪਾਂ ਵੀ ਨਾਲ ਚਲੇ ਜਾਵਾਂ। ਪਰ ਇਹਦੇ ਤੇ ਤੁਹਾਨੂੰ ਮਿਸ ਰੀਪ੍ਰੈਜੈਂਟੇਸ਼ਨ ਦਾ ਜਿਹੜਾ ਕੇਸ ਆ, ਜਿਹੜਾ ਚਾਰਜ ਆ, ਉਹ ਨਹੀਂ ਕਰ ਸਕਦੇ ਕਿ 5 ਸਾਲ ਹੀ ਤੁਹਾਨੂੰ ਬੈਨ ਕਰ ਦਿੱਤਾ ਜਾਵੇ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਮਿਸਗਾਈਡ ਕਰ ਰਹੇ ਆ ਉਹਨਾਂ, ਇਸ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਹੈ ਇਸ ਤੇ। ਹਾਂ ਕੁਛ ਇਸ ਤਰ੍ਹਾਂ ਦੇ ਸਟੈਪਸ ਹੈਗੇ ਜਿਹੜੇ ਜਦੋਂ ਤੁਸੀਂ ਲੈ ਲੈਂਦੇ ਜੇ ਤੇ ਤੁਸੀਂ, ਤੁਹਾਡੇ ਤੇ ਇਹ ਬੈਨ ਲੱਗ ਸਕਦਾ, ਅਦਰਵਾਈਜ਼ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਨਹੀਂ ਲੱਗ ਸਕਦਾ। ਸੁਖਮਨ, ਉਹਦੇ ਬਾਰੇ ਵੀ ਗੱਲ ਕਰੋ ਥੋੜਾ, ਕਿ ਜਿਹੜੇ ਲੋਕ ਆਲਰੇਡੀ ਕਿਸੇ ਦੂਸਰੀ ਕੰਟਰੀ ਤੋਂ ਰਿਫਿਊਜ਼ ਹੋ ਕਰ ਜਾਂ ਡਿਪੋਰਟ ਹੋ ਕਰ ਵਾਪਸ ਆ ਗਏ, ਜਿਹੜੇ ਸਪੈਸ਼ਲੀ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਕਈ ਲੋਕਾਂ ਨੇ ਫਾਈਲਾਂ ਲਾਈਆਂ, ਉਹਦਾ ਨਾਲ ਕੰਮ ਨਹੀਂ ਬਣਿਆ, PR ਵੀ ਟਰਾਈ ਕੀਤਾ ਜੀ, ਉੱਥੇ MRT ਲੱਗੀ ਆਪਣਾ ਆਸਟ੍ਰੇਲੀਆ, ਤੇ ਉਹਨਾਂ ਨੂੰ ਵਾਪਸ ਆਉਣਾ ਪਿਆ, ਤੇ ਇੱਥੇ ਆ ਕੇ ਕੁਛ ਏਜੰਟਾਂ ਨੇ ਕਿਹਾ ਕਿ ਤੁਸੀਂ ਜੀ ਪਾਸਪੋਰਟ ਚੇਂਜ ਕਰ ਲਓ, ਦੱਸਣ ਦੀ ਲੋੜ ਨਹੀਂ ਹੈ ਕੀ ਕਰਨਾ ਜੀ, ਕਿਉਂਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇਣਾ ਪਏਗਾ ਜਾਂ ਕੁਝ ਡਿਸਕਲੋਸ ਕਰਨਾ ਪਏਗਾ, ਉਹਦੇ ਉਹਨਾਂ ਦੇ ਬਾਰੇ ਕੀ ਤੁਹਾਡਾ ਬਿਆਨ ਹੈ? ਸਰ ਉਹਦੇ ਵਿੱਚ ਉਹ ਸ਼ਾਇਦ ਸਾਰੇ ਡਾਕੂਮੈਂਟ ਦੇਖਦੇ ਨਹੀਂ ਹੈ, ਕਿਉਂਕਿ ਜਦੋਂ ਜਦੋਂ ਹਸਬੈਂਡ ਨੇ ਉੱਥੋਂ ਆ ਕੇ ਮੈਰਿਜ ਕਰਵਾਈ, ਉਹਨਾਂ ਨੇ ਡਾਈਵੋਰਸ ਲੈ ਲਿਆ ਉਸ ਲੜਕੀ ਦੇ ਨਾਲ, ਜਾਂ ਜਿਹੜੀ ਉਹ ਲੜਕੀ ਸੀ ਡਾਈਵੋਰਸ, ਜਦੋਂ ਉਹਨਾਂ ਨੇ ਇੰਡੀਅਨ ਜਿਹੜਾ ਇੰਡੀਆ ਦੇ ਵਿੱਚ ਮੈਰਿਜ ਕਰਵਾਈ ਆ ਕੇ, ਕਿਉਂਕਿ ਲੜਕੀ ਦਾ ਲਿੰਕ ਜਿਹੜਾ ਸੀ ਪੰਜਾਬ ਨਾਲ ਸੀ, ਇੱਥੇ ਵੀ ਸ਼ਾਇਦ ਰਜਿਸਟਰਡ ਹੋਈ ਹੋਊਗੀ, ਜਦੋਂ ਆਪਾਂ ਮੈਰਿਜ ਸਰਟੀਫਿਕੇਟ ਇਸ਼ੂ ਕਰਵਾਉਂਦੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਕਿ ਤੁਹਾਡਾ ਪਹਿਲਾ ਰਿਲੇਸ਼ਨ ਡਾਈਵੋਰਸ ਜੇ, ਜਾਂ ਤੁਹਾਡੀ ਇਹ ਮੈਰਿਜ ਫਸਟ ਟਾਈਮ, ਉਹ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ। ਸੋ ਉਹ ਉਸ ਚੀਜ਼ ਨੂੰ ਤੇ ਹਾਈਡ ਕਰ ਲੈਣਗੇ ਪਾਸਪੋਰਟ ਨੂੰ, ਤੇ ਫਿਰ ਉਸ ਚੀਜ਼ ਨੂੰ ਮੈਰਿਜ ਸਰਟੀਫਿਕੇਟ ਨੂੰ ਕਿਵੇਂ ਹਾਈਡ ਕਰਨਗੇ ਵੀਜ਼ਾ ਆਫੀਸਰ ਦੇ ਸਾਹਮਣੇ? ਸੋ ਉਹ ਉਹ ਜੋ ਜਿੰਨੀ ਬਰੀਕੀ ਦੇ ਨਾਲ ਇਹ ਸਭ ਦੇਖਣਾ ਚਾਹੀਦਾ। ਬਟ ਇਹ ਮੰਨ ਲਓ ਕਿ ਹੁਣ ਕੁਛ ਲੋਕ ਕਹਿਣਗੇ ਜੀ ਸਾਡੇ ਮਤਲਬ ਮੈਰਿਜ ਸਰਟੀਫਿਕੇਟ ਤੇ ਵੀ ਨਹੀਂ ਲਿਖਿਆ ਇਸ ਤਰ੍ਹਾਂ ਦਾ, ਕਿਉਂਕਿ ਉੱਧਰੇ ਮੈਰਿਜ ਕਰਵਾਈ ਤੇ ਆ ਗਏ, ਪਰ ਇਹ ਜਿਹੜੀਆਂ ਇਹ ਕੰਟਰੀਜ਼ ਆ, ਹਾਂ ਮੰਨ ਲਓ ਤੁਹਾਡਾ ਕ੍ਰੋਸ ਚੈੱਕ ਨਹੀਂ ਹੁੰਦਾ, ਮੈਂ ਇਸ ਚੀਜ਼ ਨਾਲ ਐਗਰੀ ਕਰਦਾ, US ਦਾ ਜ਼ਿਆਦਾ ਉਹ ਕ੍ਰੋਸ ਚੈੱਕ ਕਰਦੇ ਆ, ਇਹਨਾਂ ਕੰਟਰੀਜ਼ ਤਾਂ ਨਹੀਂ ਕਰਦੇ, ਪਰ ਇਹੋ ਜਿਹੇ ਕੇਸਿਸ ਵੇਖੇ ਆ ਜਿੱਥੇ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਦੂਸਰੀ ਅੰਬੈਸੀ ਨੂੰ ਕਾਲ ਕੀਤਾ ਇਨਫੋਰਮੇਸ਼ਨ ਲਈ, ਤੇ ਜਿਹੜਾ ਐਪਲੀਕੈਂਟ ਸੀ ਉਹਨੂੰ ਬੈਨ ਕਰ ਦਿੱਤਾ। ਇਸ ਤਰ੍ਹਾਂ ਕੁਛ ਰੇਅਰ ਕੇਸਿਸ ਦੇ ਵਿੱਚ ਹੁੰਦਾ ਆ, ਬਟ ਚਾਂਸਸ ਹੁੰਦੇ ਆ ਕਿ ਤੁਹਾਡਾ ਕੇਸ ਨਿਕਲ ਵੀ ਜਾਵੇ ਜਾਂ ਫਿਰ ਤੁਸੀਂ 5 ਸਾਲ ਹੀ ਬੈਨ ਵੀ ਹੋ ਜਾਓ। ਕੁਛ ਜਿਹੜੇ ਜਿਹੜੇ ਕਲਾਇੰਟਸ, ਜਿਸ ਤਰ੍ਹਾਂ ਫਾਰਮਿੰਗ ਤੁਸੀਂ ਕਿਹਾ, ਫਾਰਮਿੰਗ ਕਲਾਇੰਟਸ ਹੈ ਜਿਨ੍ਹਾਂ ਕੋਲ ਕੋਈ ਪੁਖਤਾ ਕੋਈ ਸਬੂਤ ਨਹੀਂ ਹੈ, ਕੋਈ ਮੰਥਲੀ ਸੈਲਰੀ ਜਾਂ ਮੰਥਲੀ ITR ਜਾਂ ਇਸ ਤਰ੍ਹਾਂ ਦਾ ਕੋਈ ਸੋਲਿਡ ਐਵੀਡੈਂਸ ਨਹੀਂ ਹੈ, ਉਹਨਾਂ ਲਈ ਕੀ ਤੁਸੀਂ ਰਿਕਮੈਂਡ ਕਰਦੇ ਹੋ ਕਿ ਵੀ ਕਿੰਨੇ ਮਿਨੀਮਮ, ਲੋਕ ਕਈ ਵਾਰ ਪੁੱਛਦੇ ਆ ਕਿ ਵੀ ਸਾਡੇ ਕੋਲ ਮਿਨੀਮਮ ਫੰਡਸ ਕਿੰਨੇ ਰੱਖਣੇ ਚਾਹੀਦੇ, ਸਾਨੂੰ ਬੈਂਕ ਦੇ ਵਿੱਚ ਕਿੰਨੇ ਫੰਡਸ ਹੋਣੇ ਚਾਹੀਦੇ ਕਿ ਪ੍ਰੋਪਰ ਸਾਡਾ ਇਨਕਮ ਸਰੋਤ ਜਾਂ ਇਸਟੈਬਲਿਸ਼ਮੈਂਟ ਪ੍ਰੂਵ ਹੋ ਜਾਏ, ਕਿ ਪਤਾ ਲੱਗ ਜਾਏ ਕਿ ਵੀ ਹਾਂ ਵੀਜ਼ਾ ਮਿਲ ਜਾਏਗਾ। ਅਤੇ ਦੂਸਰਾ, ਅਗਰ ਜੇ ਕਈ ਕਈ ਲੋਕਾਂ ਦਾ ਇਸ ਤਰ੍ਹਾਂ ਵੀ ਹੈ ਕਿ ਵੀ ਸਾਡੇ ਤੇ ਪੈਸੇ ਹਮੇਸ਼ਾ FD ਹੁੰਦੇ ਆ, ਸਾਨੂੰ ਕੈਸ਼ ਕਰਨ ਦੀ ਕੀ ਲੋੜ ਹੈ, ਉਹਦੇ ਬਾਰੇ ਕੀ ਕਹਿਣਾ? ਨਹੀਂ ਸਰ, FD ਕੇਸ ਜਿਹੜੇ ਮੈਂ FD ਵਾਲੇ ਕੇਸਸ ਜਿੰਨੇ ਵੀ ਆਪਣੇ ਕੋਲ ਆਏ ਆ ਜਿਹੜੇ ਪੁਰਾਣੇ, ਉਹਨਾਂ ਦੇ ਵਿੱਚ FD ਨੂੰ ਉਹਨਾਂ ਨੇ ਤੁਹਾਡਾ ਜਿਹੜਾ ਫੰਡਸ ਕਦੀ ਮੰਨਿਆ ਹੀ ਨਹੀਂ ਆ। ਉਹ ਕਹਿੰਦੇ ਫਿਕਸ ਡਿਪੋਜ਼ਿਟ ਆ, ਉਹਦੇ ਨਾਮ ਤੋਂ ਹੀ ਇਹ ਪਤਾ ਲੱਗਦਾ ਕਿ ਇਹ ਫਿਕਸ ਆ, ਇਹ ਤੁਸੀਂ ਇੰਨੇ ਟਾਈਮ ਲਈ ਫਿਕਸ ਕਰਵਾ ਦਿੱਤੇ। ਮੰਨ ਲਓ ਤੁਸੀਂ 1 ਸਾਲ ਦੀ FD ਕਰਵਾਈ, ਉਨੇ ਟਾਈਮ ਲਈ ਫਿਕਸ ਕਰਵਾ ਦਿੱਤੇ ਤੁਸੀਂ ਬੈਂਕ ਦੇ ਵਿੱਚ, ਤੁਹਾਨੂੰ ਜਿਹੜਾ ਵਾ ਉਹ ਇੰਟਰਸਟ ਰੇਟ ਮਿਲ ਰਿਹਾ, ਉਹ ਦੇਖਦੇ ਤੁਹਾਡੇ ਅਕਾਊਂਟ 'ਚ ਕਿੰਨੇ ਫੰਡਸ ਨੇ ਜਿਹੜੇ ਤੁਸੀਂ ਜਦੋਂ ਵੀ ਲੋੜ ਪੈਂਦੀ ਤੁਸੀਂ ਕਢਵਾ ਸਕ। ਹਾਂ ਜੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਇਹ FD ਤੜਵਾ ਲਵਾਂਗੇ, ਪਰ ਵੀਜ਼ਾ ਆਫੀਸਰ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਉਹ ਤੁਹਾਡੀਆਂ ਦਲੀਲਾਂ ਸੁਣੇ ਵੀ ਤੁਸੀਂ ਤੜਵਾ ਲਓਗੇ ਜਾਂ ਕਿਸ ਤਰ੍ਹਾਂ ਕਰੋਗੇ। ਉਹ ਫੰਡਸ ਨੂੰ ਦੇਖਦੇ ਆ ਤੁਹਾਡੀ FD 'ਚ ਭਾਵੇਂ 10
ਤੁਹਾਡੇ ਅਕਾਊਂਟ ਦੇ ਵਿੱਚ ਉਸ ਟਾਈਮ 'ਤੇ ਬੈਲੈਂਸ, ਕਰੰਟ ਬੈਲੈਂਸ ਕਿੰਨਾ ਹੈ, ਉਸ ਚੀਜ਼ ਨੂੰ ਉਹ ਦੇਖਦੇ ਆ। ਸੋ ਜਿਨ੍ਹਾਂ ਦੇ ਕੋਲ ਐਫ ਡੀਸ ਆ, ਉਹ ਉਹਨਾਂ ਨੂੰ ਚਾਹੀਦਾ ਆ ਕਿ ਉਹ ਜਿਹੜਾ ਵਾ ਉਹ ਐਫ ਡੀਸ ਨੂੰ ਜਿਹੜਾ ਵਾ ਕਨਵਰਟ ਕਰਵਾ ਲੈਣ ਆਪਣੇ ਬੈਲੈਂਸ ਦੇ ਵਿੱਚ, ਜਿਹੜਾ ਕਰੰਟ ਬੈਲੈਂਸ ਦੇ ਵਿੱਚ। ਦੈਟਸ ਗੁੱਡ। ਐਂਡ ਹਾਊ ਮੱਚ ਮਿਨੀਮਮ ਮਿਨੀਮਮ ਫੰਡਸ, ਕਿੰਨੇ ਤੁਹਾਨੂੰ ਐਕਸਪੈਕਟੇਸ਼ਨ ਹੈ, ਕਿੰਨੇ ਮਿਨੀਮਮ ਫੰਡਸ ਹੋਣੇ ਚਾਹੀਦੇ ਸਰ? ਮੈਂ ਆਪਣੇ ਕੋ ਮੈਂ ਹਮੇਸ਼ਾ ਹੀ ਇਹ ਚੀਜ਼ ਦੇਖਦਾ ਹਾਂ ਕਿ ਉਨੇ ਫੰਡਸ ਹੋਣ ਜਿਨ੍ਹਾਂ ਨੂੰ ਤੁਸੀਂ ਜਸਟੀਫਾਈ ਕਰ ਸਕੋ, ਪ੍ਰੂਵ ਕਰ ਸਕੋ ਵੀਜ਼ਾ ਅਫਸਰ ਦੇ ਸਾਹਮਣੇ। ਇੱਕ ਸਾਈਡ 'ਤੇ ਤੁਸੀਂ ਆਈ ਟੀ ਆਰ ਦੇ ਵਿੱਚ 3 ਲੱਖ ਦੀ ਇਨਕਮ ਸ਼ੋਅ ਕਰ ਰਹੇ ਜੇ, ਬੈਂਕ ਅਕਾਊਂਟ ਦੇ ਵਿੱਚ ਤੁਸੀਂ 10 ਲੱਖ ਸ਼ੋਅ ਕਰ ਰਹੇ ਜੇ, 12 ਲੱਖ ਸ਼ੋਅ ਕਰ ਰਹੇ ਜੇ, ਉਹ ਜਸਟੀਫਾਈ ਨਹੀਂ ਕਰਦਾ। ਉਹ ਵੀਜ਼ਾ ਅਫਸਰ ਕਹਿੰਦਾ ਹੈ ਕਿ ਇਹ ਤੁਹਾਡੀ ਆਈ ਟੀ ਆਰ ਦੇ ਮੁਕਾਬਲੇ ਜਿਹੜੇ ਤੁਹਾਡੇ ਫੰਡਸ ਆ ਉਹ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕਿੱਥੋਂ ਆਏ ਆ। ਕਿਉਂਕਿ ਤੁਸੀਂ ਆਪ ਸੋਚੋ, ਜਿਹੜਾ ਬੰਦਾ ਇਹ ਕਹਿ ਰਿਹਾ ਕਿ ਮੇਰੀ ਸਾਲ ਦੇ ਵਿੱਚ 2 ਤੋਂ 2.5 ਲੱਖ ਜਾਂ 3 ਲੱਖ ਦੀ ਇਨਕਮ ਆ, ਜੇ ਉਹ 10 ਲੱਖ ਉਹਦੇ ਵਿੱਚ ਫੰਡਸ ਸ਼ੋ ਕਰਦਾ, ਜਾਂ ਤਾਂ ਉਹ 3 ਸਾਲ ਪੁਰਾਣੇ ਹੀ ਹੋਣ, ਫਿਰ 2 ਸਾਲ ਪੁਰਾਣੇ ਹੋਣ, ਕਿ ਜੇ ਉਹਦੀ 3 ਲੱਖ ਇਨਕਮ ਆ, ਤਿੰਨ ਨੂੰ ਮਲਟੀਪਲਾਈ 3 ਨਾ ਕਰੋ, 9 ਲੱਖ ਹੋ ਗਿਆ, ਅਤੇ 3 ਸਾਲ ਦੀ ਉਹਦੀ ਸੇਵਿੰਗ ਹੋ ਗਈ, ਹਾਲਾਂਕਿ ਖਰਚੇ ਅਲੱਗ ਚੀਜ਼, ਹੋਰ ਅਲੱਗ ਚੀਜ਼। ਤੁਸੀਂ ਮੰਨ ਲਓ ਫਿਰ ਉਹ 3 ਸਾਲ ਪੁਰਾਣੇ ਹੋਣ, ਨਹੀਂ ਤਾਂ ਫਿਰ ਜੇ ਤੁਹਾਡੀ 3 ਤੋਂ 4 ਲੱਖ ਇਨਕਮ ਆ, ਤੁਸੀਂ 6 ਤੋਂ 7 ਲੱਖ, 5 ਤੋਂ 6 ਲੱਖ, ਇੰਨਾ ਇੰਨਾ ਸ਼ੋਅ ਕਰੋ। ਤੁਹਾਡੀ ਜਿਹੜੀ ਪੂਰੀ ਜਿਹੜੀ ਤੁਸੀਂ ਚੇਨ ਬਣਾ ਕੇ ਦੇ ਰਹੇ ਜੇ, ਉਹ ਜੋ ਤੁਸੀਂ ਡਾਕੂਮੈਂਟ ਦੇ ਰਹੇ ਹੋ ਇੱਕ ਚੇਨ ਦੇ ਰੂਪ ਦੇ ਵਿੱਚ ਹੋਣੇ ਚਾਹੀਦੇ, ਇੱਕ ਦੂਸਰੇ ਨਾਲ ਲਿੰਕ ਹੋਣੇ ਚਾਹੀਦੇ, ਇੱਕ ਦੂਸਰੇ ਨੂੰ ਜਸਟੀਫਾਈ ਕਰਦੇ ਹੋਣੇ ਚਾਹੀਦੇ, ਨਾ ਕਿ ਕੋਡ ਕਰਦੇ ਕਿ ਇੱਕ ਬੰਨੇ ਤੁਸੀਂ ਕਹਿ ਦਿੱਤਾ ਜੀ ਮੇਰੇ ਕੋਲ 10 ਲੱਖ ਫੰਡ ਆ, ਅਤੇ ਇਨਕਮ ਤੁਹਾਡੀ 2 ਤੋਂ 2.5 ਲੱਖ ਜਾਂ 3 ਲੱਖ ਸ਼ੋਅ ਹੋ ਰਹੀ ਹੈ ਸਾਲ ਦੀ। ਸੋ ਜਿਹੜੇ ਫੰਡਸ ਆ ਉਹ ਤੁਹਾਡੀ ਇਨਕਮ ਦੇ ਅਕੋਰਡਿੰਗ ਹੀ ਹੋਣੇ ਚਾਹੀਦੇ। ਹੁਣ ਹੁਣ ਐਗਰੀਕਲਚਰ ਵਾਲੇ ਕੀ ਕਰਦੇ ਆ, ਮੋਸਟਲੀ ਜਿਹੜੇ ਉਹ ਆਪਣੀ ਆਈ ਟੀ ਆਰ ਫਾਈਲ ਕਰ ਦਿੰਦੇ ਆ ਐਗਰੀਕਲਚਰ 'ਤੇ, ਤੁਸੀਂ ਆਈ ਟੀ ਆਰ ਨਾ ਵੀ ਫਾਈਲ ਕਰੋ ਕਿਉਂਕਿ ਇਹ ਟੈਕਸ ਫਰੀ ਆ, ਤੁਸੀਂ ਆਪਣੇ ਜੇ ਫਾਰਮ ਰੱਖੋ ਜਿਹੜੀ, ਫਿਰ ਉਹ ਇਨਕਮ ਜੇ ਤੁਸੀਂ ਟੈਕਸ ਫਾਈਲ ਕਰਦੇ ਜੇ ਫਿਰ ਤੁਹਾਨੂੰ ਟੈਕਸ ਪੈਣਾ ਆ। ਉਹ ਕੀ ਕਰਦੇ ਆ, ਉਹਨਾਂ ਦੀ ਇਨਕਮ ਹੁੰਦੀ ਆ ਜੇ ਅਕੋਰਡਿੰਗ ਟੂ ਜੇ ਫਾਰਮ 10 ਤੋਂ 12 ਲੱਖ, ਬਟ ਉਹ ਆਈ ਟੀ ਆਰ ਫਾਈਲ ਕਰਦੇ ਟੈਕਸ ਬਚਾਉਣ ਲਈ, ਕਿਉਂਕਿ ਫਿਰ ਬਾਅਦ 'ਚ ਟੈਕਸ ਤਾਂ ਪੇ ਕਰਨਾ ਪੈਣਾ, ਫਿਰ ਉਹ 2.5 ਲੱਖ, 3 ਲੱਖ, 4 ਲੱਖ, 5 ਲੱਖ ਸ਼ੋਅ ਕਰ ਦਿੰਦੇ ਆ, ਅਤੇ ਫਿਰ ਵੀਜ਼ਾ ਆਫੀਸਰ ਜੇ ਫਾਰਮ ਨਹੀਂ ਦੇਖਦਾ, ਫਿਰ ਉਹ ਆਈ ਟੀ ਆਰ ਦੇਖਦਾ। ਅਤੇ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਪਲੱਸ ਪੁਆਇੰਟ ਸੀ 10 ਤੋਂ 12 ਲੱਖ ਦੀ ਇਨਕਮ, ਉਹਨੂੰ ਉਹ ਆਪ ਹੀ ਡਿਕਰੀਜ਼ ਕਰਕੇ 5 ਲੱਖ 'ਤੇ ਲੈ ਆਉਂਦੇ ਆ। ਸੋ ਇਹੋ ਜਿਹੀਆਂ ਕੁਛ ਜਿਹੜੇ ਵਾਈਫ ਆਲਰੇਡੀ ਸਟੱਡੀ ਵੀਜ਼ਾ 'ਤੇ ਆਏ ਹੋਏ ਆ ਕੈਨੇਡਾ, ਉਹਨਾਂ ਦੇ ਜਿਹੜੇ ਹਸਬੈਂਡ ਜਿਹਨਾਂ ਕੋਲ ਕੋਈ ਜੋਬ ਨਹੀਂ ਹੈ, ਨਾ ਉਹਨਾਂ ਦੇ ਕੋਲ ਕੋਈ ਇਨਕਮ ਦਾ ਸੋਰਸ ਹੈ, ਉਹ ਫਿਰ ਕਿਸ ਤਰ੍ਹਾਂ ਆਪਣੀ ਇਸਟੈਬਲਿਸ਼ਮੈਂਟ ਸ਼ੋਅ ਕਰਦੇ ਹਨ? ਉਹਨਾਂ ਕੋਲ ਨਾ ਜੋਬ ਹੈ, ਔਰ ਲੈਟ ਅਸ ਅਸਿਊਮ ਕਿ ਜਿਸ ਤਰ੍ਹਾਂ ਕੱਲ੍ਹ ਪਰਸੋਂ ਕੋਈ ਸੀਗਾ ਜਿਹੜੇ ਆਲਰੇਡੀ ਉਹ ਸਟੱਡੀ ਕਰ ਰਹੇ ਸੀ, ਮੇਰੇ ਕੋਲ ਕਾਲਜ ਵਿੱਚ ਸਟੱਡੀ ਕਰ ਰਹੇ ਹੈ ਅਤੇ ਪੜ੍ਹਾਈ ਚੱਲ ਰਹੀ ਹੈ ਜਾਂ ਖਤਮ ਹੋਣ ਵਾਲੀ ਹੈ, ਲੇਕਿਨ ਉਹਨਾਂ ਕੋਲ ਕੋਈ ਜੋਬ ਨਹੀਂ ਹੈ, ਕੋਈ ਇਨਕਮ ਨਹੀਂ ਹੈ, ਕੋਈ ਜ਼ਮੀਨ ਨਹੀਂ ਹੈ, ਕੁਛ ਨਹੀਂ ਹੈ, ਉਹ ਕਿੱਦਾਂ ਆਪਣੀ ਇਸਟੈਬਲਿਸ਼ਮੈਂਟ? ਸਰ, ਤੁਹਾਨੂੰ ਪਤਾ ਫਿਰ ਉਹਨਾਂ ਨੂੰ ਆਪਾਂ ਇਹੀ ਕਿਹਾ ਸੀ ਕਿ ਤੁਸੀਂ ਜੋਬ ਕਰੋ, ਜੇ ਤੁਹਾਡੀ ਸਟੱਡੀ ਕੰਪਲੀਟ ਹੋਣ ਜਾ ਰਹੀ ਹੈ ਤੁਸੀਂ ਜੋਬ ਕਰੋ, ਕਿਉਂਕਿ ਸਟੂਡੈਂਟ ਨੂੰ ਉਹ ਵੀਜ਼ਾ ਕਿਵੇਂ ਦੇਣਗੇ? ਵੀਜ਼ਾ ਆਫੀਸਰ ਕਹੂਗਾ ਤੁਹਾਡੀ ਤਾਂ ਆਪਣੀ ਸਟੱਡੀ ਨਹੀਂ ਕੰਪਲੀਟ ਹੋਈ ਇੱਥੇ, ਤਾਂ ਤੁਸੀਂ ਉੱਥੇ ਕਿਉਂ ਜਾ ਰਹੇ ਹੋ? ਠੀਕ ਹੈ, ਠੀਕ ਹੈ ਨਾ? ਅਤੇ ਉਹਨੂੰ ਜੋਬ ਤਾਂ ਫਿਰ 3-4 ਮਹੀਨੇ ਦੀ ਘੱਟੋ ਘੱਟ ਉਹਨੂੰ ਜੋ ਅਸਟੈਬਲਿਸ਼ ਜੋਬ ਚਾਹੀਦੀ ਹੈ, ਅਸਟੈਬਲਿਸ਼ਮੈਂਟ ਵਿਖਾਉਣ ਲਈ ਕਿ ਹਾਂ ਮੈਂ ਇੱਥੇ ਜੋਬ ਕਰ ਰਿਹਾ। ਅਦਰਵਾਈਜ਼ ਵੀਜ਼ਾ ਵੇਖੋ, ਵੀਜ਼ਾ ਇਹ ਇੱਕ ਇਸ ਤਰ੍ਹਾਂ ਦਾ ਆ ਕਿ ਕੁਛ ਕੇਸਿਸ ਦੇ ਵਿੱਚ ਤੁਹਾਨੂੰ ਉਮੀਦ ਨਹੀਂ ਹੁੰਦੀ ਅਤੇ ਉਦੋਂ ਵੀਜ਼ਾ ਆ ਜਾਂਦਾ, ਮਤਲਬ ਉਹ ਬਟ 100 'ਚੋਂ ਇੱਕ ਕੇਸ ਜਾਂ 2 ਕੇਸ ਹੁੰਦੇ ਆ, ਬੜੇ ਰੇਅਰ ਹੁੰਦੇ ਆ, ਅਤੇ ਉਹਦੇ ਵਿੱਚ ਵੀਜ਼ਾ ਆ ਵੀ ਜਾਂਦਾ, ਪਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੀ ਆ ਜਿਹੜਾ ਫਾਰਮੂਲਾ ਉਹਨਾਂ 'ਤੇ ਲਾਗੂ ਹੈ। ਜੇ ਉਹਨਾਂ ਦਾ ਵੀਜ਼ਾ ਆ ਗਿਆ ਤਾਂ ਤੁਹਾਡਾ ਵੀ ਕੇਸ ਵੀਕ ਹੈ, ਤਾਂ ਸ਼ਾਇਦ ਤੁਹਾਡਾ ਵੀ ਆ ਜੇ ਤੁਸੀਂ ਆਪਣੀ, ਜੇ ਤੁਸੀਂ ਫਿਰ ਵੀ ਫਾਈਲ ਲਗਾ ਰਹੇ ਜੇ ਸਾਰਾ ਕੁਛ ਵੇਖ ਕੇ ਵੀ, ਤਾਂ ਤੁਸੀਂ ਸਿਰਫ ਆਪਣੀ ਕਿਸਮਤ ਪਰਖ ਰਹੇ ਕਿ ਮੇਰੀ ਕਿਸਮਤ ਦੇ ਵਿੱਚ ਕਿੰਨਾ ਕੁ ਦਮ ਹੈ ਕਿ ਸ਼ਾਇਦ ਮੇਰਾ ਵੀ ਵੀਜ਼ਾ ਲੱਗ ਜਾਵੇ। ਆਖਰੀ ਆਖਰੀ ਸਵਾਲ ਸਪਾਊਸ ਵੀਜ਼ਾ ਦੇ ਬਾਰੇ, ਕਿ ਸਪਾਊਸ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਆਨਲਾਈਨ ਵਧੀਆ ਇੱਕ ਰਿਸਪੌਂਸ ਹੈ ਜਾਂ ਪੇਪਰ ਐਪਲੀਕੇਸ਼ਨ? ਕਿਉਂਕਿ ਇੱਕ ਸ਼ਾਇਦ ਆਨਲਾਈਨ ਦਾ ਪਹਿਲਾਂ ਇਸ ਤਰ੍ਹਾਂ ਦਾ ਕੁਛ ਇਸ ਤਰ੍ਹਾਂ ਦੀ ਖਬਰਾਂ ਆਈ ਸੀ ਕਿ ਵੀ ਉਹ ਨੋਰਮਲੀ ਇੱਕ ਆਟੋਮੈਟਿਕ ਸਿਸਟਮ ਨਾਲ ਸ਼ਾਇਦ ਉਹ ਪ੍ਰੋਪਰ ਚੈੱਕ ਨਹੀਂ ਹੁੰਦੀ ਜਾਂ ਕੋਈ ਹੋਰ ਕੋਈ ਜ਼ਿਆਦਾ ਰਿਫਿਊਜ਼ਲ ਰੇਟ ਉਹਦਾ ਜ਼ਿਆਦਾ ਹੈ। ਸੋ ਸਰ ਐਕਚੁਅਲੀ ਜਿਹੜਾ ਨਵੰਬਰ ਅਤੇ ਦਸੰਬਰ ਦੇ ਵਿੱਚ ਤੇ ਕਾਫੀ ਰਿਫਿਊਜ਼ਲਸ ਆਈਆਂ, ਉਸ ਤੋਂ ਪਹਿਲਾਂ ਮਤਲਬ ਮੈਨੂੰ ਇੱਥੇ ਦੱਸਣ ਦੇ ਵਿੱਚ ਕੋਈ ਇਸ ਤਰ੍ਹਾਂ ਸ਼ਰਮ ਨਹੀਂ ਮਹਿਸੂਸ ਹੁੰਦੀ, ਕਿਉਂਕਿ ਇਹ ਅਸੀਂ ਕੰਮ ਕਰਦੇ ਹਾਂ ਅਤੇ ਜਿਹੜੇ ਲੋਕ ਸਾਨੂੰ ਸੁਣਦੇ ਆ ਸਾਡਾ ਫਰਜ਼ ਵੀ ਬਣਦਾ ਉਹਨਾਂ ਨੂੰ ਸਾਰਾ ਦੱਸਣਾ। ਅਕਤੂਬਰ ਤੋਂ ਪਹਿਲਾਂ ਸਰ, ਨਵੰਬਰ ਤੋਂ ਪਹਿਲਾਂ ਵਾਲਾ ਕੋਈ ਕੇਸ ਸਾਡੇ ਕੋਲ ਪੈਂਡਿੰਗ ਨਹੀਂ ਸੀ, ਮਤਲਬ ਜਿੰਨੇ ਵੀ ਕੇਸਿਸ ਸੀ ਸਾਰੇ ਅਪਰੂਵ ਹੋ ਰਹੇ ਸੀ, ਮੋਸਟਲੀ ਫਸਟ ਅਟੈਂਪਟ ਦੇ ਵਿੱਚ ਹੋ ਰਹੇ ਸੀ ਜਿਹੜੇ ਸਾਡੇ ਕੋਲੋਂ, ਅਤੇ ਜੇ ਇੱਕ ਕੇਸ ਰਿਫਿਊਜ਼ ਹੋਇਆ ਸੀ ਜਿਹੜਾ ਅਸੀਂ ਸੈਕਿੰਡ ਦੇ ਵਿੱਚ ਜਿਹੜਾ ਉਹ ਵੀ ਅਪਰੂਵ ਕਰਵਾ ਲਿਆ ਸੀ। ਉਸ ਤੋਂ ਬਾਅਦ ਸਰ ਜਦੋਂ ਇਹਨਾਂ ਦੀ ਟਰੂਡੋ ਗਵਰਨਮੈਂਟ ਦੁਬਾਰਾ ਆਈ ਆ, ਸ਼ਾਇਦ ਇਹਨਾਂ ਨੇ ਪਾਲਿਸੀ ਚੇਂਜ ਕੀਤੀ ਜਾਂ ਪਤਾ ਨਹੀਂ ਕੀ ਹੋਇਆ ਉਸ ਟਾਈਮ ਅੰਬੈਸੀ ਦੇ, ਨਵੰਬਰ ਅਤੇ ਦਸੰਬਰ ਦੇ ਵਿੱਚ ਕਾਫੀ ਰਿਫਿਊਜ਼ਲ ਆਈਆਂ, ਅਪਰੂਵਲ ਰੇਟ ਬਿਲਕੁਲ ਡਾਊਨ ਚਲਾ ਗਿਆ ਅਤੇ ਜਿਹੜੀ ਰਿਫਿਊਜ਼ਲ ਰੇਟ ਸੀ ਉਹ ਕਾਫੀ ਵੱਧ ਗਿਆ। ਪਰ ਉਹ ਸਾਡੇ ਕੋਲ ਅਜੇ ਵੀ 4-5 ਕੇਸਿਸ ਜਿਹੜੇ ਪਏ ਆ ਜਿਹਨਾਂ ਨੂੰ ਅਸੀਂ ਸੋਚ ਰਹੇ ਹਾਂ ਵੀ ਹੁਣ ਕਿਵੇਂ ਉਹਨਾਂ ਨੂੰ ਦੁਬਾਰਾ ਸਬਮਿਟ ਕਰਨਾ, ਬਟ ਇਸ ਟਾਈਮ ਅਸੀਂ ਸੋਚ ਰਹੇ ਹਾਂ ਕਿ ਅਸੀਂ ਵੀ ਕੁਛ
ਜੇ ਵਾਕਿਆ ਹੀ ਉਸ ਤਰ੍ਹਾਂ ਦਾ ਕੁਛ ਹੈਗਾ, ਜਿਵੇਂ ਕੈਨੇਡਾ ਦੇ ਵਿੱਚ ਵੀ ਨਿਊਜ਼ ਪੇਪਰ 'ਚ ਵੀ ਆਰਟੀਕਲ ਆ ਰਹੇ ਆ ਕਿ ਇਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰ ਰਹੇ ਆ ਅੰਬੈਸੀਜ਼ ਦੇ ਵਿੱਚ ਜਿਹੜੇ ਇਹਨਾਂ ਦੇ ਆਫਿਸ ਆ, ਤੇ ਸ਼ਾਇਦ ਉਹ ਜਿਹੜੀ ਫਿਰ ਪੇਪਰ ਫਾਈਲ ਵਾਲੀ ਆ ਉਹਨੂੰ ਕਿਸੇ ਉਹਦਾ ਡਿਸੀਜਨ ਕਿਸੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਕਰਨਾ ਔਖਾ ਆ, ਕਿਉਂਕਿ ਜਿਹੜੀ ਔਨਲਾਈਨ ਫਾਈਲ ਆ ਉਹਦਾ ਤੇ ਅਸੈਸ ਹੋਊਗਾ ਔਨਲਾਈਨ ਸਿੱਧਾ, ਉਹ ਜੀ ਉਹਦੇ ਸੋਫਟਵੇਅਰ ਦੇ ਵਿੱਚ ਗਈ ਤੇ ਉਹਨੇ ਡਿਸੀਜਨ ਲੈ ਲਿਆ, ਬਟ ਜਿਹੜੀ ਪੇਪਰ ਫਾਈਲ ਆ ਉਹਨੂੰ ਇਸ ਤਰ੍ਹਾਂ ਕਰਨਾ ਔਖਾ ਆ। ਸੋ ਉਹ ਮੈਨੂਅਲੀ ਕਿਸੇ ਵੀਜ਼ਾ ਆਫਿਸਰ ਨੂੰ ਹੀ ਉਹਦਾ ਡਿਸੀਜਨ ਕਰਨਾ ਪਊਗਾ। ਸੋ ਇਹ ਵੀ ਅਸੀਂ ਦੇਖ ਰਹੇ ਹਾਂ, ਨੈਕਸਟ ਮੰਥ ਇਹ ਸਾਰਾ ਕੁਛ ਟਰਾਈ ਕਰਨਾ ਹੈ ਤੇ ਮਾਰਚ ਜਾਂ ਅਪ੍ਰੈਲ ਤੱਕ ਇਹ ਕਲੀਅਰ ਹੋ ਜਾਊਗਾ ਕਿ ਇਹਨਾਂ ਦੇ ਸਕਸੈਸ ਰੇਟ ਦੇ ਵਿੱਚ ਕੋਈ ਡਿਫਰੈਂਸ ਹੈਗਾ ਆ ਜਾਂ ਸੇਮ ਹੈ ਕਿਸ ਤਰ੍ਹਾਂ ਹੈ। ਦੋਸਤੋ, ਤੁਸੀਂ ਸੁਖਮਨ ਦੀ ਗੱਲਬਾਤ ਸੁਣ ਰਹੇ ਹੋ, ਤੁਹਾਨੂੰ ਇਹਨਾਂ ਦੇ ਜਵਾਬ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਨੰਬਰ 1 ਇਹਨਾਂ ਕੋਲ ਨੌਲੇਜ ਬਹੁਤ ਹੈ ਸਪਾਊਸ ਵੀਜ਼ਾ ਦੀ, ਨੰਬਰ 2 ਇਹਨਾਂ ਦਾ ਨੌਲੇਜ ਦੇ ਇਲਾਵਾ ਇੱਕ ਇੰਟਰਸਟ ਵੀ ਹੈ ਸਪਾਊਸ ਵੀਜ਼ਾ ਦੇ ਬਾਰੇ ਰਿਸਰਚ ਕਰਕੇ ਨਏ ਨਏ ਸੋਲਿਊਸ਼ਨ ਖੋਜਣਾ ਕਿ ਵੀ ਜੋ ਪ੍ਰੋਬਲਮ ਜੋ ਯੂਨਿਕ ਪ੍ਰੋਬਲਮ ਆ ਰਹੀ ਉਹਨੂੰ ਐਡਰੈਸ ਕਰਨਾ। ਸੋ ਜੇਕਰ ਤੁਹਾਡਾ ਕੋਈ ਆਪਣਾ ਕੋਈ ਕੇਸ ਹੈ, ਕੋਈ ਮਸਲਾ ਹੈ ਸਪਾਊਸ ਵੀਜ਼ਾ, ਤਾਂ ਜ਼ਰੂਰ ਆ ਕੇ ਸੁਖਮਨ ਨੂੰ ਤੁਸੀਂ ਮਿਲੋ। ਡੇਟਾ ਯਾਦ ਕਰ ਲੈਣਾ, ਫਰਵਰੀ 10 ਤਰੀਕ ਤੋਂ ਬਾਅਦ, ਫਰੋਮ ਫੈਬਰੀ 10th ਆਲਵਰਡਸ ਟਿਲ ਫੈਬਰੀ 22nd, ਦੋ ਹਫ਼ਤੇ ਦਾ ਟਾਈਮ ਹੈ। ਅਸੀਂ ਅੰਮ੍ਰਿਤਸਰ ਐਂਡ ਲੁਧਿਆਣਾ ਦੋ ਮੇਨ ਸ਼ਹਿਰ ਹੈ, ਬਾਕੀ ਚੰਡੀਗੜ੍ਹ ਵੀ ਮਿਲਾਂਗੇ। ਅਤੇ ਅਪੁਆਇੰਟਮੈਂਟ ਬੁੱਕ ਕਰ ਲਓ, ਅਪੁਆਇੰਟਮੈਂਟ ਦਾ ਲਿੰਕ ਦਿੱਤਾ ਹੋਇਆ ਹੈ। $275 ਕੰਸਲਟੇਸ਼ਨ ਫੀਸ ਜਿਹੜੀ ਤੁਸੀਂ ਪੇ ਕਰੋਗੇ, ਇਹ ਤੁਹਾਡੀ ਜ਼ਿੰਦਗੀ ਦੀ ਇੱਕ ਲਾਈਫ ਟਾਈਮ ਇਨਵੈਸਟਮੈਂਟ ਹੈ ਸਪਾਊਸ ਵੀਜ਼ਾ। ਇਨਫੈਕਟ ਔਰ ਵੀ ਕੋਈ ਇਮੀਗ੍ਰੇਸ਼ਨ ਮਸਲੇ ਹੈ ਕੈਨੇਡਾ ਦੇ, ਉਹਦੇ ਲਈ ਵੀ ਤੁਹਾਨੂੰ ਇੱਕ ਬੈਸਟ ਐਡਵਾਈਸ ਮਿਲੇਗੀ। ਸੋ ਆਈ ਥਿੰਕ ਇਟਸ ਵੈਲ ਵਰਥ, ਬਜਾਏ ਕਿ ਤੁਸੀਂ ਕੰਸਲਟੈਂਟ ਨੂੰ ਜਾਂ ਇਮੀਗ੍ਰੇਸ਼ਨ ਲੋਇਰਸ ਨੂੰ ਤੁਸੀਂ 1 ਲੱਖ ਰੁਪਏ 2 ਲੱਖ ਰੁਪਏ ਉੱਦਾਂ ਦੇ ਦਿਓ ਕਿ ਜੀ ਫਾਈਲ ਲਾ ਕੇ ਦੇਖ ਲਓ ਸ਼ਾਇਦ ਲੱਗ ਜਾਏ, ਤੁਸੀਂ ਆ ਕੇ ਸਪਾਊਸ ਵੀਜ਼ਾ ਦੇ ਬਾਰੇ ਕੰਪਲੀਟ ਇਨਫੋਰਮੇਸ਼ਨ, ਕੰਪਲੀਟ ਆਨਸਰ, ਆਪਣੇ ਕੁਐਸਚਨ ਬਣਾ ਕੇ ਆ ਜਾਓ ਘਰੋਂ, ਤਾਂ ਤੁਸੀਂ ਚੱਲ ਕੇ ਆਓਗੇ ਨਾ, ਆਪਣੇ ਸਵਾਲ ਲਿਖ ਲੈਣਾ ਸਪਾਊਸ ਵੀਜ਼ਾ ਦੇ ਬਾਰੇ, ਅਤੇ ਤੁਹਾਡੇ ਹਰ ਇੱਕ ਸਵਾਲ ਦਾ ਇੱਕ ਪ੍ਰੋਪਰ ਇੱਕ ਜਵਾਬ ਤੁਹਾਨੂੰ ਦਿੱਤਾ ਜਾਵੇਗਾ, ਕਾਨੂੰਨੀ ਜਵਾਬ। ਮਤਲਬ ਇਹ ਨਹੀਂ ਕੋਈ ਹਾਈਪੋਥੈਟੀਕਲ ਨਹੀਂ, ਜੋ ਕਾਨੂੰਨ ਕਹਿ ਰਿਹਾ ਉਹਦੇ ਮੁਤਾਬਿਕ ਤੁਹਾਨੂੰ ਜਵਾਬ ਦਿੱਤਾ ਜਾਵੇਗਾ, ਅਤੇ ਮੇਰੀ 100% ਗਰੰਟੀ ਹੈ ਕਿ ਤੁਹਾਡੀ ਤਸੱਲੀ ਹੋਏਗੀ। ਬਾਕੀ ਤਾਂ ਮੈਂ ਤਾਂ ਲੋਕਾਂ ਨੂੰ ਇਹ ਵੀ ਕਹਿੰਦਾ ਕਿ ਅਗਰ ਜੇ ਤੁਹਾਡੀ ਤਸੱਲੀ ਨਹੀਂ ਹੁੰਦੀ ਤੁਸੀਂ ਪੈਸੇ ਵਾਪਸ ਲੈ ਜਾਓ, ਲੇਕਿਨ ਮੇਰੇ ਕੋਲ ਹੁਣ ਤੱਕ ਕਿੰਨੇ ਸਾਲ ਹੋ ਗਏ, ਕੋਈ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਤਸੱਲੀ ਨਹੀਂ ਹੋਈ। ਇਹ ਅਸੀਂ ਨਹੀਂ ਕਹਿ ਰਹੇ ਕਿ ਤੁਹਾਡਾ ਵੀਜ਼ਾ ਲੱਗੇਗਾ ਨਹੀਂ ਲੱਗੇਗਾ, ਅਸੀਂ ਇਹ ਕਹਿ ਰਹੇ ਕਿ ਤੁਹਾਨੂੰ ਸਹੀ ਇਨਫੋਰਮੇਸ਼ਨ, ਸਹੀ ਨੌਲੇਜ, ਸਹੀ ਸਲੂਸ਼ਨ ਦਿਆਂਗੇ। ਬਾਅਦ ਦੀ ਵਿੱਚ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਉਸ ਇਨਫੋਰਮੇਸ਼ਨ ਨੂੰ ਲੈ ਕੇ ਤੁਸੀਂ ਬਾਕੀ ਦੇ ਪੈਸੇ ਬਚਾ ਲਓ, ਆਪਣਾ ਤੁਸੀਂ ਆਪਣੀ ਐਪਲੀਕੇਸ਼ਨ ਆਪ ਲਾ ਲਓ, ਸਾਨੂੰ ਖੁਸ਼ੀ ਹੋਏਗੀ, ਤੁਹਾਡਾ ਵੀਜ਼ਾ ਆਪਣੇ ਆਪ ਆ ਜਾਏਗਾ। ਸੋ ਡੇਟਸ ਦਿੱਤੀ ਹੋਈ ਹੈ, ਅਤੇ ਉਹਨੂੰ ਤੁਸੀਂ ਲਿੰਕ ਕਲਿੱਕ ਕਰਕੇ ਪਹਿਲਾਂ ਆਪਣਾ ਅਪੁਆਇੰਟਮੈਂਟ ਦੇਣਾ, ਅਪੁਆਇੰਟਮੈਂਟ ਦੇ ਬਗੈਰ ਅਸੀਂ ਕਿਸੇ ਨੂੰ ਨਹੀਂ ਮਿਲਣਾ, ਅਤੇ ਫਿਰ ਆ ਕੇ ਤੁਸੀਂ ਆਪਣੀ ਫਾਈਲ, ਅਗਰ ਜਿਹਨਾਂ ਦੀ ਫਾਈਲ ਤਿਆਰ ਹੈ, ਜਿਹਨਾਂ ਦੇ ਡਾਕੂਮੈਂਟਸ ਤਿਆਰ ਹੈ, ਅਸੀਂ ਰਿਵਿਊ ਕਰਾਂਗੇ ਡਾਕੂਮੈਂਟਸ, ਅਗਰ ਲੱਗਦਾ ਕਿ ਵੀ ਤਿਆਰ ਹੈ, ਔਨ ਦਾ ਸਪੋਟ ਵਿਦ ਇਨ 1 or 2 days ਆਪਾਂ ਉੱਥੇ ਹੀ ਫਾਈਲ ਕਰ ਦਿਆਂਗੇ। ਵੀ ਵਿਲ ਬੀ ਵੈਰੀ ਹੈਪੀ ਕਿ ਸਾਡੇ ਰਹਿੰਦੇ ਹੋਏ ਤੁਹਾਡਾ ਵੀਜ਼ਾ ਆ ਜਾਏ। ਬਾਕੀ ਜਿਹਨਾਂ ਨੇ ਕ੍ਰੈਡਿਟ ਕਾਰਡ ਨਹੀਂ ਯੂਜ਼ ਕਰਨਾ, ਮਾਸਟਰ ਕਾਰਡ ਕ੍ਰੈਡਿਟ ਕਾਰਡ ਨਹੀਂ ਯੂਜ਼ ਕਰਨਾ, ਉਹ ਫਿਰ ਤੁਹਾਨੂੰ ਕਿੱਦਾਂ ਕੰਸਲਟੇਸ਼ਨ ਉਹਨਾਂ ਨੇ ਪੇ ਕਰਨੀ? ਇਹ ਵੀ ਸਰ ਇਹਦੇ 'ਤੇ ਵੀ ਗੱਲ ਕਰਦੇ। ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ ਕਿ ਕੁਛ ਲੋਕ ਮੈਨੂੰ ਕਾਲਸ ਆਈਆਂ ਜਿਨ੍ਹਾਂ ਨੇ ਕੰਸਲਟੇਸ਼ਨ ਪੇ ਵੀ ਕੀਤੀ, ਅਤੇ ਉਹਨਾਂ ਨੇ ਕਾਲ ਇਸ ਕਰਕੇ ਕੀਤੀ ਕਿ ਜੀ ਅਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹਾਂ, ਅਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਇਨਕਮ ਕਿੰਨੀ ਆ, ਅਤੇ ਉਹਨਾਂ ਨੇ ਕਿਹਾ ਜੀ ਸਾਡੀ ਇਨਕਮ ਜਿਹੜੀ ਅਸੀਂ ਐਗਰੀਕਲਚਰ ਕਰਦੇ ਹਾਂ, ਸਾਡੀ ਸਾਲ ਦੀ ਇਨਕਮ 8 to 10 lakh ਹੈ, ਅਤੇ ਅਸੀਂ 2-3 ਵਾਰ ਵਿਜ਼ਟਰ ਵੀਜ਼ਾ ਅਪਲਾਈ ਕਰ ਲਿਆ, ਕੋਈ ਇੱਧਰੋਂ ਇਨਵੀਟੇਸ਼ਨ ਨਹੀਂ ਗਿਆ। ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਇਸ ਤਰ੍ਹਾਂ ਮਤਲਬ ਉਹ ਇਸ ਤਰ੍ਹਾਂ ਆਪਣੇ ਪੈਸੇ ਜਾਂ ਆਪਣਾ ਟਾਈਮ ਖਰਾਬ, ਮੈਨੂੰ ਵੀ ਕਾਫੀ ਬੁਰਾ ਲੱਗਿਆ ਕਿ ਉਹਦੇ ਇੱਧਰ ਵੀ ਪੈਸੇ ਜਿਹੜੇ ਉਹ ਲੱਗ ਗਏ, ਅਤੇ ਉਹ ਵਿਚਾਰੇ ਦਾ ਉਹਦਾ ਮੈਂ ਉਹਨੂੰ ਮੈਂ ਕੋਈ ਹੱਲ ਨਹੀਂ ਦੱਸ ਸਕਿਆ। ਉਹਨੂੰ ਮੈਂ ਇਹੀ ਕਿਹਾ ਕਿ ਤੁਸੀਂ ਅਪਲਾਈ ਨਾ ਕਰੋ, ਕਿਉਂਕਿ ਉਹਨਾਂ ਨੂੰ ਵੀਜ਼ਾ ਮਿਲਣ ਦੇ ਚਾਂਸਸ ਜਿਹੜੇ 0.1% ਤੋਂ ਵੀ ਸ਼ਾਇਦ ਘੱਟ ਆ, ਕਿ ਕਿਸਮਤ ਵਾਲਾ ਫੈਕਟਰ ਹੀ ਆ ਗਿਆ, ਨਾ ਉਹਨਾਂ ਦੇ ਕੋਲ ਕੋਈ ਇੱਧਰੋਂ ਇਨਵੀਟੇਸ਼ਨ ਲੈਟਰ ਹੈ, ਨਾ ਕਿਸੇ ਨੇ, ਨਾ ਕੋਈ ਬਲੱਡ ਰਿਲੇਸ਼ਨ ਹੈ ਜਿਨ੍ਹਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਹੋਵੇ, ਉਹਨਾਂ ਦੀ ਸੋਰਸ ਆਫ ਇਨਕਮ ਇਸਟੈਬਲਿਸ਼ਮੈਂਟ ਸਾਰਾ ਕੁਛ ਜਿਹੜਾ ਵਾ ਉਹ ਨਾ ਦੇ ਬਰਾਬਰ ਆ। ਸੋ ਕੁਛ ਲੋਕ ਇਹੋ ਜਿਹਾ ਸੋਚ ਰਹੇ ਆ ਕਿ ਅਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਆ, ਜਾਂ ਕੁਛ ਲੋਕ ਇਸ ਤਰ੍ਹਾਂ ਸੋਚ ਰਹੇ ਆ ਜੀ ਜਿਹੜਾ ਇਨਵੈਸਟਮੈਂਟ ਵੀਜ਼ਾ ਜਿਹਦਾ ਤੁਸੀਂ ਇਨਵੈਸਟਮੈਂਟ ਕਰਦੇ, ਜੇ ਤੁਹਾਨੂੰ BC ਗਵਰਨਮੈਂਟ ਜਿਹੜੀ ਆ ਸਿੱਧੀ PNP ਦਿੰਦੀ ਆ, ਉਹ ਸਿਰਫ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਦੀ ਟਰਨਓਵਰ ਜਿਹੜੀ ਆ ਕਰੋੜਾਂ ਦੇ ਵਿੱਚ ਆ, ਜਿਨ੍ਹਾਂ ਦਾ ਬਿਜ਼ਨਸ ਜਿਹੜਾ ਵਾ ਉਹਨਾਂ ਉਹਦੇ ਵਿੱਚ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਪੁਰਾਣਾ 3 to 4 years ਦਾ, ਉਹ ITR ਕਾਫੀ ਫਾਈਲ ਕਰ ਰਹੇ ਆ, ਜਿਹੜੀ ਉਹਨਾਂ ਦੀ ਟਰਨਓਵਰ 1 crore ਤੋਂ ਘੱਟੋ ਘੱਟ ਉੱਪਰ ਹੋਣੀ ਚਾਹੀਦੀ, ਉਹਨਾਂ ਕੋਲ ਘੱਟੋ ਘੱਟ ਕੋਈ 3 to 4 lakh CAD ਦੇ ਰੂਪ ਦੇ ਵਿੱਚ ਲਿਕੁਇਡ ਮਨੀ ਹੈਗੀ ਆ, ਜਿਹਨੂੰ ਉਹ ਇੱਥੇ ਆ ਕੇ ਇਨਵੈਸਟ ਕਰ ਸਕਦੇ, ਉਹਨਾਂ ਦਾ ਹੀ ਇਹ 275 ਜਿਹੜਾ ਪੇ ਕਰਨ ਦਾ ਕੋਈ ਫਾਇਦਾ ਆ, ਅਦਰਵਾਈਜ਼ ਉਹਨਾਂ ਦਾ ਕੋਈ ਫਾਇਦਾ ਨਹੀਂ ਆ। ਅਸੀਂ ਨਹੀਂ ਚਾਹੁੰਦੇ
ਕਿਸੇ ਦੇ ਪੈਸੇ ਖਰਾਬ ਹੋਣ ਇੱਥੇ ਵੀ ਆ ਕੇ, ਕਿਉਂਕਿ ਉੱਥੇ ਅਸੀਂ ਉਹਨਾਂ ਨੂੰ ਸਿੱਧਾ ਆ ਕਿ ਉਹਨਾਂ ਦਾ ਵੀਜ਼ਾ ਲੱਗਣ ਦੇ ਚਾਂਸਸ ਨਾ ਦੇ ਬਰਾਬਰ ਆ, ਤੇ ਉਹ ਵਿਚਾਰੇ ਆਉਂਦੇ ਵੀ ਆ 275 ਸਾਨੂੰ ਵੀ ਪੇ ਕਰਦੇ ਆ, ਉਹਨਾਂ ਦਾ ਟਾਈਮ ਵੀ ਖਰਾਬ ਹੁੰਦਾ, ਉਹਨਾਂ ਦੇ ਪੈਸੇ ਵੀ ਖਰਾਬ ਹੁੰਦੇ. ਸੋ ਅਸੀਂ ਨਹੀਂ ਚਾਹੁੰਦੇ, ਜਿਨ੍ਹਾਂ ਦੇ ਕੇਸਿਸ ਦੇ ਵਿੱਚ ਕੁਛ ਹੋਪ ਹੈਗੀ, ਜਿਵੇਂ ਸਪਾਊਸ ਵੀਜ਼ਾ ਆ, ਉਹਦੇ ਵਿੱਚ ਵੀ ਅਸੀਂ ਕੁਛ ਕਰ ਸਕਦੇ. ਵਿਜ਼ਟਰ ਵੀਜ਼ਾ, ਤੁਹਾਡਾ ਬਲੱਡ ਰਿਲੇਸ਼ਨ ਇੱਥੇ ਆ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਰਿਹਾ ਆ, ਕੋਈ ਪ੍ਰੋਬਲਮ ਆ ਰਹੀ ਆ ਇੱਥੇ, ਤੁਸੀਂ ਟਾਈਸ ਕਿਵੇਂ ਸ਼ੋ ਕਰਨੇ ਆ, ਤੁਸੀਂ ਕੀ ਸਾਰਾ ਕੁਛ ਕਰਨਾ, ਉੱਥੇ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ. ਈਵਨ ਸਟੱਡੀ ਵੀਜ਼ਾ ਦੇ ਵਿੱਚ ਕੁਛ ਰਿਫਿਊਜ਼ਲਸ ਆ ਰਹੀਆਂ, ਉਹ ਸਾਨੂੰ ਕੈਸ਼ ਲੋਟ ਨੋਟ ਜਿਹੜੇ ਆ ਉਹ ਲੈ ਕੇ ਮਿਲਣ. ਈਵਨ ਹੁਣ ਇੱਥੇ ਹੋਰ ਇੱਕ ਗੱਲ ਮੈਂ ਐਡ ਕਰੂੰ, ਜਿਨ੍ਹਾਂ ਦੇ ਕੇਸਿਸ ਰਿਫਿਊਜ਼ ਹੋ ਚੁੱਕੇ ਆ, ਉਹ ਕੋਸ਼ਿਸ਼ ਕਰਨ ਕਿ ਉਹ ਕੈਸ਼ ਨੋਟ ਅਪਲਾਈ ਕਰਨ ਜਾਂ ਉਦੋਂ ਤੱਕ ਆ ਜਾਣ. ਮੇਰੇ ਖਿਆਲ ਇੱਕ ਮਿਨੀਮਮ 30 ਡੇਜ਼ ਤਾਂ ਲੱਗਦੇ ਹੀ ਆ, ਅਜੇ ਹੁਣ ਤਾਂ ਸ਼ਾਇਦ ਟਾਈਮ ਨਿਕਲ ਗਿਆ. ਫਿਰ ਜੇ ਜਿਨ੍ਹਾਂ ਨੇ ਕੈਪਸ ਨੋਟ ਨਹੀਂ ਅਪਲਾਈ ਕੀਤੇ, ਉਹ ਆਪਣੇ ਇੱਧਰ ਜੋ ਉਹਨਾਂ ਦੇ ਜੇ ਵਾਈਫ ਆ ਜਾਂ ਹਸਬੈਂਡ ਆ, ਉਹਨਾਂ ਕੋਲੋਂ MP ਇਨਕੁਆਇਰੀ ਕਰਵਾ ਲੈਣ, ਔਰ ਉਹ ਦੇਖ ਲੈਣ ਕਿ ਉਹ ਉਹਨਾਂ ਦਾ ਰਿਫਿਊਜ਼ਲ ਦਾ ਰੀਜ਼ਨ ਕੀ, ਉਹਦੇ ਅਕੋਰਡਿੰਗ ਜਿਹੜਾ ਵਾ ਅਸੀਂ ਉਹਨਾਂ ਨੂੰ ਜਿਹੜੀ ਸਹੀ ਐਡਵਾਈਸ ਆ ਉਹ ਦੇ ਸਕੀਏ. ਤੇ ਇੱਕ ਕੋਸ਼ਿਸ਼ ਕਰਨ, ਜਿਹੜੇ ਉਹਨਾਂ ਦੀ ਪੁਰਾਣੀ ਫਾਈਲ ਦੇ ਵਿੱਚ ਜਿਹੜੇ ਉਹਨਾਂ ਦੇ ਕੰਸਲਟੈਂਟ ਨੇ ਜਿਹੜੇ ਉਹਨਾਂ ਦੇ ਡਾਕੂਮੈਂਟ ਦਿਖਾਏ ਸੀ ਅੰਬੈਸੀ ਨੂੰ, ਉਹ ਵੀ ਉਹ ਆਪਣੇ ਕੰਸਲਟੈਂਟ ਦੇ ਕੋਲੋਂ ਜਾਂ ਏਜੰਟ ਦੇ ਕੋਲੋਂ ਮੰਗਣ ਜੀ ਕਿ ਸਾਡੀ ਜਿਹੜੀ ਪੁਰਾਣੀ ਫਾਈਲ ਆ ਉਹਦੀ ਕੋਈ ਕਾਪੀ ਦੇ ਦਿਓ ਸਾਨੂੰ, ਕਿ ਉਹਦੇ ਵਿੱਚ ਕੀ ਕੀ ਜਿਹੜਾ ਅੰਬੈਸੀ ਨੂੰ ਡਾਕੂਮੈਂਟੇਸ਼ਨ ਕੀਤੀ ਗਈ, ਕੀ ਕੀ ਦੱਸਿਆ ਗਿਆ. ਉਹਦੇ ਤੋਂ ਸਾਨੂੰ ਕਾਫੀ ਹੈਲਪ ਮਿਲੂਗੀ ਉਹਨਾਂ ਨੂੰ ਦੱਸਣ ਦੀ ਕਿ ਉਹ ਨੈਕਸਟ ਟਾਈਮ ਦੇ ਵਿੱਚ ਉਹਨਾਂ ਨੂੰ ਕੀ ਕੀ ਕਿਹੜੇ ਸਟੈਪਸ ਲੈਣੇ ਚਾਹੀਦੇ ਜਾਂ ਕੀ ਕਰਨਾ ਚਾਹੀਦਾ ਜਿਹਦੇ ਨਾਲ ਉਹਨਾਂ ਦੇ ਵੀਜ਼ਾ ਲੱਗਣ ਦੇ ਚਾਂਸਸ ਜਿਹੜੇ ਆ ਉਹ ਹਾਈ ਹੋ ਜਾਣ. ਤੇ ਔਰ ਸਰ ਹੁਣ ਰਹੀ ਗੱਲ ਇੱਥੇ ਪੇਮੈਂਟ ਦੀ, ਪੇਮੈਂਟ ਕਰਨ ਦੇ ਸਰ ਜੇ ਤਾਂ ਹਰ ਕੋਈ ਔਨਲਾਈਨ ਪੇਮੈਂਟ ਕਰੂਗਾ ਉਹਨੂੰ ਔਨਲਾਈਨ ਰਸੀਦ ਮਿਲੂਗੀ, ਸਾਰਾ ਕੁਛ ਐਗਰੀਮੈਂਟ ਸਾਈਨ ਹੋਊਗਾ, ਉਹ ਉਹਦੇ ਲਈ ਵੀ ਬੈਨੀਫਿਸ਼ੀਅਲ ਆ ਤੇ ਸਾਡੇ ਲਈ ਵੀ. ਬਟ ਕੁਛ ਲੋਕ ਆ ਜਿਹੜੇ ਇਹ ਕਹਿੰਦੇ ਆ ਕਿ ਮਤਲਬ ਅਸੀਂ ਸਿਰਫ ਕਿਸੇ ਕ੍ਰੈਡਿਟ ਕਾਰਡ ਥਰੂ ਜਿਹੜਾ ਵਾ ਉਹ ਪੇਮੈਂਟ ਨਹੀਂ ਕਰ ਸਕਦੇ. ਫਿਰ ਉਹਨਾਂ ਲਈ ਸਰ ਇਹੀ ਇੱਕ ਚਾਂਸ ਕਿ ਉਹਨਾਂ ਨੂੰ ਉੱਥੇ ਆ ਕੇ ਪਹਿਲਾਂ ਉਹ ਪੇਮੈਂਟ ਕਰਕੇ ਉਹਨਾਂ ਨੂੰ ਉਹ ਐਗਰੀਮੈਂਟ ਸਾਡੇ ਨਾਲ ਸਾਈਨ ਕਰਨਾ ਪਊਗਾ, ਜਿਹਦੇ ਵਿੱਚ ਤੁਹਾਡੇ ਵੱਲੋਂ ਇਹ ਲਿਖਿਆ ਹੋਊਗਾ ਵੀ ਮੈਂ ਇਹਨਾਂ ਨੂੰ ਕੰਸਲਟੇਸ਼ਨ ਦੇ ਰਿਹਾ, ਇੰਨੇ ਪੈਸੇ ਚਾਰਜ ਕਰ ਰਿਹਾ, ਉਹਦੇ ਵਿੱਚ ਕੀ ਕੀ ਸਾਰਾ ਕੁਛ, ਕਿੰਨਾ ਟਾਈਮ ਇਹਨਾਂ ਨਾਲ ਗੱਲ ਕੀਤੀ ਹੈ, ਉਹ ਸਾਰਾ ਸਾਈਨ ਹੋਣ ਤੋਂ ਬਾਅਦ 'ਚ ਹੀ ਉਹ ਮਿਲ ਸਕਦੇ ਆ ਉਸ ਟਾਈਮ 'ਤੇ ਔਨ ਦੀ ਸਪੋਟ. ਠੀਕ ਹੈ. ਸੋ ਬੈਟਰ ਇਹੀ ਰਹੂਗਾ ਕਿ ਜੇ ਉਹ ਔਨਲਾਈਨ ਕਰ ਦੇਣ, ਕਿਉਂਕਿ ਉਹਦੇ ਨਾਲ ਉਹਨਾਂ ਨੂੰ ਟਾਈਮ ਪਹਿਲਾਂ ਤੋਂ ਹੀ ਫਿਕਸ ਉਹਨਾਂ ਦਾ ਹੋ ਜਾਊਗਾ, ਉਹਨਾਂ ਨੂੰ ਦੱਸ ਦਿੱਤਾ ਜਾਊਗਾ ਕਿ ਤੁਸੀਂ ਇਸ ਟਾਈਮ 'ਤੇ ਆਉਣਾ ਆ, ਅਤੇ ਤੁਸੀਂ ਸਿੱਧਾ ਡਾਇਰੈਕਟਲੀ ਆ ਕੇ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਨੀ ਪਊਗੀ, ਤੁਸੀਂ ਸਿੱਧਾ ਆ ਕੇ ਮਿਲ ਸਕਦੇ ਜੇ. ਦੂਸਰੀ ਗੱਲ ਸਰ ਇੱਥੇ ਜੋ ਵੀ ਕਲਾਇੰਟਸ ਆਉਣਗੇ ਉਹਨਾਂ ਨੂੰ ਉਹਨਾਂ ਦੀ ਪ੍ਰਾਈਵੇਸੀ ਦਾ ਪੂਰਾ ਖਿਆਲ ਰੱਖਿਆ ਜਾਊਗਾ. ਇਹ ਨਹੀਂ ਕਿ ਜੀ ਇੱਕ ਟੇਬਲ ਦੇ ਉੱਪਰ 3-4 ਲੋਕ ਬਿਠਾ ਦਿੱਤੇ ਅਤੇ ਸਾਰਿਆਂ ਦੇ ਨਾਲ ਹੀ ਆਪਾਂ ਉਹਨਾਂ ਨੂੰ ਐਡਵਾਈਸ ਦੇ ਰਹੇ, ਇਹ 1-to-1 ਹੋਊਗੀ, ਤੁਸੀਂ ਬੈਠੇ ਹੋਗੇ ਮੈਂ ਹੋਊਂਗਾ ਨਾਲ ਉਹ ਹੋਣਗੇ, ਸੈਪਰੇਟ ਅਸੀਂ ਬੈਠੇ ਹੋਵਾਂਗੇ, ਕੋਈ ਚੌਥਾ ਬੰਦਾ ਜਿਹੜਾ ਵਾ ਤੁਹਾਡੀ ਉਸ ਗੱਲਬਾਤ ਨੂੰ ਸੁਣਦਾ ਨਹੀਂ ਹੋਊਗਾ ਜਾਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਤੱਕ ਨਹੀਂ ਜਾਊਗੀ. ਸੋ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲ ਕਰ ਸਕਦੇ. ਠੀਕ ਹੈ. ਸੋ ਸੰਪਰਕ ਕਰਨ ਦਾ ਕੀ ਹੈ ਮੀਡੀਅਮ, ਤੁਸੀਂ ਕੋਈ ਈਮੇਲ ਐਡਰੈਸ ਜਾਂ ਆਪਣਾ ਫੋਨ ਨੰਬਰ ਦੇਣਾ ਚਾਹੋਗੇ ਜਾਂ WhatsApp ਨੰਬਰ, ਕਿਸ ਤਰ੍ਹਾਂ ਕਰੋਗੇ? ਸਰ ਇੱਥੇ ਜਿਹੜੀ ਲਿੰਕ, ਜਿਹਨੇ ਔਨਲਾਈਨ ਪੇਮੈਂਟ ਕਰਨੀ ਉਹਦੇ ਲਈ ਤਾਂ ਲਿੰਕ ਜਿਹੜਾ ਉਹ ਦੇ ਦਿੱਤਾ ਗਿਆ ਆਲਰੇਡੀ, ਫਿਰ ਵੀ ਤੁਸੀਂ ਇਸ ਵੀਡੀਓ ਵਿੱਚ ਵੀ ਨੀਚੇ ਆਪਣਾ ਲਿੰਕ ਦਿਓਗੇ. ਅਦਰਵਾਈਜ਼ ਇੱਕ ਸਾਰੇ ਲੋਕ ਜੋ ਸੁਣ ਰਹੇ ਆ ਉਹ ਇੱਕ ਨੰਬਰ ਨੋਟ ਕਰ ਲੈਣ, ਉਹ ਸਿਰਫ ਇਹਦੇ ਜਿਹੜੀ ਕੰਸਲਟੇਸ਼ਨ ਲੈਣ ਲਈ ਹੀ ਉਹ ਸਿਰਫ ਇੱਕ ਹੈਲਪਲਾਈਨ ਦੇ ਤੌਰ ਤੇ ਕੰਮ ਕਰੂਗਾ ਕਿ ਜੇ ਤੁਹਾਡੇ ਮਨ 'ਚ ਕੁਐਸਚਨ ਹੈ ਕਿ ਕਿਵੇਂ ਮਿਲਣਾ, ਕਿੱਥੇ ਮਿਲਣਾ ਜਾਂ ਕਿਵੇਂ ਪੈਸੇ ਪੇ ਕਰਨੇ, ਸਾਰਾ ਕੁਛ ਉਹਦੇ ਰਿਗਾਰਡਿੰਗ ਕੋਈ ਵੀ ਉਹਨਾਂ ਦਾ ਕੁਐਸਚਨ ਆ, ਤੇ ਉਹ ਇਸ ਨੰਬਰ ਤੇ ਜਾਂ ਮੈਸੇਜ ਕਰਨ, ਕਾਲ ਕਰਨ, ਜੇ ਕਾਲ ਨਹੀਂ ਮੈਂ ਲੈ ਸਕਦਾ ਤਾਂ ਉਹ ਮੈਸੇਜ ਕਰਨ, ਮੈਂ ਉਹਨਾਂ ਨੂੰ ਰਿਪਲਾਈ ਕਰਾਂਗਾ, ਜਾਂ ਵੋਇਸ ਜਿਹਨਾਂ ਨਹੀਂ ਟਾਈਪ ਕਰ ਸਕਦੇ ਵੋਇਸ ਮੈਸੇਜ ਛੱਡ ਦੇਣ, ਤੇ ਉਸ ਦਾ ਮੈਂ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਜੋ ਵੀ ਉਹਦਾ ਅਪਰੋਪਰੀਏਟ ਆਂਸਰ ਹੋਊਗਾ ਮੈਂ ਉਹਨਾਂ ਨੂੰ ਦਊਂਗਾ. ਉਹ ਨੰਬਰ ਇਸ ਤਰ੍ਹਾਂ ਸਰ, ਉਹਦੇ ਨਾਲ ਇੰਡੀਆ ਦਾ ਕੋਡ ਲੱਗਣਾ ਆ, ਇੰਡੀਆ ਦਾ ਨੰਬਰ ਆ, +91 ਲਗਾ ਕੇ, ਇਹ ਵਟਸਐਪ ਨੰਬਰ ਹੋਊਗਾ ਤੇ ਵਟਸਐਪ ਕਾਲਿੰਗ ਹੋਊਗੀ, 7009615636, 7009615636. ਇਹ ਸਾਰੇ ਜਾਣੇ ਨੋਟ ਕਰ ਲੈਣ, ਇਹਨੂੰ ਦੁਬਾਰਾ ਨੋਟ ਕਰ ਲਓ, ਇੰਡੀਆ ਦਾ ਕੋਡ ਲਗਾ ਕੇ 7009615636. ਠੀਕ ਹੈ. ਕਈ ਲੋਕਾਂ ਨੇ ਤੁਹਾਨੂੰ ਕਾਲ ਕਰਕੇ ਇਦਾਂ ਕਿਹਾ ਜਾਣਾ ਕਿ ਬਈ ਸੁਖਮਨ ਤੁਸੀਂ ਭਾਜੀ ਤੁਸੀਂ ਮੇਰਾ ਕੇਸ ਸਿੱਧੇ ਹੀ ਫਾਈਲ ਕਰ ਦਿਓ, ਸਿੱਧੇ ਫਾਈਲ ਲਾ ਦਿਓ, ਅਸੀਂ ਤੇ ਅਸੀਂ ਕੰਸਲਟੇਸ਼ਨ ਨਹੀਂ ਕਰਨਾ, ਤੁਸੀਂ ਫਾਈਲ ਦੀ ਗੱਲ ਕਰੋ, ਬਸ ਫਾਈਲ ਲਾਉਣ ਦੀ ਗੱਲ ਕਰੋ, ਫਾਈਲ ਕਿੰਨੀ ਫੀਸ ਹੈ, ਉਹਦਾ ਕੀ ਪਾਲਿਸੀ ਹੈ? ਨਹੀਂ ਸਰ, ਫਾਈਲਸ ਤੇ ਅਸੀਂ ਲਾਉਣ, ਫਾਈਲਸ ਤੇ ਲਾਉਣਾ ਬਾਅਦ ਦੀ ਗੱਲ, ਫਾਈਲਸ ਲਾਉਣ ਵਾਸਤੇ ਤੇ ਆ ਹੀ ਨਹੀਂ ਰਹੇ, ਫਾਈਲਸ ਤਾਂ ਆਪਾਂ ਦਿਨ ਦੀਆਂ 3-4, ਜੇ ਕੋਈ 5 ਕੰਸਲਟੇਸ਼ਨ ਵਾਲਾ ਆਉਂਦਾ ਕਈ ਦਿਨ 'ਚ, ਉਹ ਫਾਈਲ ਜਿਹੜੀਆਂ ਰੈਡੀ ਨਹੀਂ ਹੁੰਦੀਆਂ ਕਿ ਅਸੀਂ ਉਹਨਾਂ ਨੂੰ ਲਗਾ ਸਕੀਏ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਨੈਕਸਟ ਸਮੈਸਟਰ ਤੱਕ ਵੇਟ ਕਰੋ ਜਾਂ ਤੁਸੀਂ ਨੈਕਸਟ ਸੀਜ਼ਨ ਤੱਕ ਵੇਟ ਕਰੋ ਕਿ ਜਿਹੜੇ ਤੁਹਾਡੇ ਫੰਡਸ ਜਿਹੜੇ ਉਹ ਅਰੇਂਜ ਹੋ ਜਾਣ, ਤੇ ਅਸੀਂ ਉਹਨਾਂ ਨੂੰ ਵਾਪਸ ਕਰ, ਕਈ ਲੋਕ ਨਾਰਾਜ਼ ਵੀ ਹੁੰਦੇ ਆ ਵੀ ਤੁਸੀਂ ਕਿਉਂ ਨਹੀਂ ਕੇਸ ਲੈ ਰਹੇ, ਕਿਉਂਕਿ ਸਾਨੂੰ ਪਤਾ ਹੁੰਦਾ ਵੀ ਉਹਦੇ 'ਚ ਵੀਜ਼ਾ ਲੱਗਣ ਦੇ ਚਾਂਸਿਸ ਜਿਹੜੇ ਆ ਬੜੇ ਲੋਅ ਆ,
ਹੁਣ ਅਸੀਂ ਵੈਸੇ ਹੀ ਕਿਉਂਕਿ ਦਸੰਬਰ ਤੋਂ ਕਾਫੀ ਸਟ੍ਰਿਕਨੈਸ ਹੋ ਗਈ ਆ, ਵੀਜ਼ਾਸ ਜਿਹੜੇ ਬਹੁਤ ਘੱਟ ਆ ਰਹੇ ਆ, ਉਹਦੇ ਵਿੱਚ ਜਿਹੜੇ ਸਾਡੇ ਪੁਰਾਣੇ ਕੇਸ ਆ ਜਿਹੜੇ ਸਾਡੇ ਕੋਲੋਂ ਰਿਫਿਊਜ਼ ਹੋਏ ਉਹਨਾਂ ਨੂੰ ਹੀ ਅਸੀਂ ਕੰਟੀਨਿਊ ਕਰ ਰਹੇ ਹਾਂ, ਪਲੱਸ ਜਿਹੜਾ ਨੈਕਸਟ ਕੇਸ ਜਿਹੜੇ ਉਹ ਲੈ ਰਹੇ ਜਿਨ੍ਹਾਂ ਦੇ ਵਿੱਚ ਸਾਨੂੰ ਕੋਈ ਹੋਪ ਲੱਗਦੀ ਆ, ਜਾਂ ਤਾਂ ਅਸੀਂ ਕਹਿ ਦਿੰਦੇ ਕਿ ਤੁਸੀਂ ਵੇਟ ਕਰੋ ਫਿਰ ਇਸ ਟਾਈਮ ਆਹ ਸਾਰੇ ਕੰਮ ਕਰਕੇ ਆਓ, ਫਿਰ ਅਸੀਂ ਤੁਹਾਡਾ ਫਾਈਲ ਜਿਹੜਾ ਕੇਸ ਹੈ ਉਹ ਫਾਈਲ ਕਰ ਸਕਦੇ ਹਾਂ। ਇੱਥੇ ਵੀ ਅਸੀਂ ਇੱਕ ਐਡਵਾਈਸ ਦੇਵਾਂਗੇ, ਜੇ ਕੋਈ ਕੇਸ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਾਨ ਹੈਗੀ ਹੈ, ਇਹਨੂੰ ਅਸੀਂ ਆਪਾਂ ਫਾਈਟ ਕਰ ਸਕਦੇ, ਇਹਨੂੰ ਆਪਾਂ ਅਪਲਾਈ ਕਰ ਸਕਦੇ, ਉਹੀ ਕੇਸਿਸ ਜਿਹੜੇ ਆ ਉਹ ਆਪਾਂ ਅਪਲਾਈ ਕਰਾਂਗੇ। ਔਰ ਜਿਹੜੇ ਫਰੈਸ਼ ਕੇਸਿਸ ਆ, ਜਿਵੇਂ ਮੰਨ ਲਓ 10 ਦਿਨ ਵਾਈਫ ਦੇ ਕੋਲ ਹਸਬੈਂਡ ਰਿਹਾ ਆ ਜਾਂ ਬਿਲਕੁਲ ਕੋਈ ਰਿਲੇਸ਼ਨ ਨਹੀਂ, ਅਰੇਂਜ ਮੈਰਿਜ ਹੋਈ ਆ ਸਾਰਾ ਕੁਛ, ਉਹਦੇ ਵਿੱਚ ਉਹਨਾਂ ਨੂੰ ਅਸੀਂ ਇਹ ਐਡਵਾਈਸ ਦੇ ਸਕਦੇ ਹਾਂ ਕਿ ਨੈਕਸਟ ਆਉਣ ਵਾਲੇ 6 ਮਹੀਨੇ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਕੀ ਕਰਨਾ ਆ, ਕਿ ਜਿਹੜਾ ਉਹਨਾਂ ਦਾ ਰਿਲੇਸ਼ਨਸ਼ਿਪ ਸਟਰੋਂਗ ਹੋਵੇ ਅਤੇ ਉਹਨਾਂ ਦਾ ਜਿਹੜਾ ਵੀਜ਼ਾ ਲੱਗਣ ਦੇ ਚਾਂਸਿਸ ਕੁਛ ਬਣ ਜਾਂ ਉਹਨਾਂ ਦਾ ਕੇਸ ਦਾ ਕੁਛ ਬੇਸ ਬਣੇ, ਇਸ ਟਾਈਮ ਉਹਨਾਂ ਦੇ ਕੇਸਿਸ ਜਿਹੜੇ ਲੈਣੇ ਆ ਉਹ ਪੋਸੀਬਲ ਹੀ ਨਹੀਂ ਆ। ਠੀਕ ਹੈ, ਚਲੋ, ਥੈਂਕ ਯੂ ਵੈਰੀ ਮਚ ਦੋਸਤੋ। ਤੁਸੀਂ ਸੁਣ ਲਿਆ ਹੋਣਾ ਸੁਖਮਨ ਦੀ ਗੱਲਬਾਤ, ਕਿ ਇਸ ਇਸ ਗੱਲ ਨੂੰ ਤੁਸੀਂ ਦੁਬਾਰਾ ਯਕੀਨ ਕਰ ਲਓ, ਭਾਵੇਂ ਉਹ ਆਪਣੀ ਨੇਮ ਉਹ ਨਹੀਂ ਦੱਸ ਰਹੇ, ਪਰ ਸੁਖਮਨ ਨੂੰ ਇੰਟਰਸਟ ਕਾਫੀ ਹੈ ਸਪਾਊਸ ਵੀਜ਼ਾ ਦੇ ਬਾਰੇ, ਕਾਫੀ ਇਹਨਾਂ ਦੀ ਰਿਸਰਚ ਵੀ ਹੈ, ਕਾਫੀ ਇਹਨਾਂ ਦੀ ਮਿਹਨਤ ਵੀ ਹੈ, ਕਾਫੀ ਇਹਨਾਂ ਦਾ ਆਪਣਾ ਪਰਸਨਲ ਐਕਸਪੀਰੀਅੰਸ ਵੀ ਹੈ। ਸੋ ਜੇ ਅਗਰ ਸਪਾਊਸ ਰਿਲੇਟਿਡ ਮੁਤਲਕ ਅਗਰ ਕੋਈ ਵੀ ਸਮੱਸਿਆ ਹੈ ਤੁਹਾਡੀ ਜ਼ਿੰਦਗੀ ਤੋਂ, ਕੋਈ ਵੀ ਸਪਾਊਸ ਵੀਜ਼ੇ ਦਾ ਕੋਈ ਵੀ ਮਸਲਾ ਹੈ, ਇਹ ਸੁਨਹਿਰਾ ਮੌਕਾ ਨਾ ਗਵਾਓ। ਮਿਡਲ ਆਫ ਫਰਵਰੀ, ਫਰਵਰੀ 10 ਤੋਂ ਲੈ ਕੇ ਫਰਵਰੀ 22 ਤਰੀਕ ਤੱਕ ਜ਼ਰੂਰ ਆ ਕੇ ਅਪੁਆਇੰਟਮੈਂਟ ਸੈੱਟ ਕਰਕੇ ਮਿਲੋ ਅਤੇ ਤੁਹਾਨੂੰ ਫਾਇਦਾ ਜ਼ਰੂਰ ਹੋਏਗਾ, ਇਹੀ ਮੈਂ ਕਹਿੰਦਾ। ਇੱਥੇ ਇੱਕ ਮਿੰਟ ਲਈ ਮੈਂ ਇੱਕ ਮੈਸੇਜ ਦੇਣਾ ਚਾਹੂੰਗਾ, ਉਹ ਲੋਕ ਜਿਨ੍ਹਾਂ ਦੇ ਵਾਈਫ ਜਾਂ ਹਸਬੈਂਡ ਜਿਹੜੇ ਆ ਸਟੂਡੈਂਟ ਵੀਜ਼ਾ ਤੇ 1 ਸਾਲ ਦੀ ਡਿਗਰੀ ਲੈ ਕੇ ਆਏ ਔਰ ਉਹ ਓਨਟਾਰੀਓ ਦੇ ਵਿੱਚ ਨੇ, ਉਹਨਾਂ ਲਈ ਇਹ ਹੈ ਕਿਉਂਕਿ ਉਹਨਾਂ ਦੇ ਕੋਲ ਵੀ ਇੱਕ ਸੁਨਹਿਰੀ ਮੌਕਾ ਆ ਕਿ ਉਹਨਾਂ ਨੇ ਉਹਨਾਂ ਨੂੰ ਸੈਕਿੰਡ ਟਾਈਮ ਜਿਹੜਾ ਸੈਕਿੰਡ ਈਅਰ ਵਾਸਤੇ ਅਪਲਾਈ ਕਰਨਾ ਪੈਣਾ, ਕਿਤੇ ਐਡਮਿਸ਼ਨ ਲੈਣੀ ਪੈਣੀ ਆ, ਉਹਨਾਂ ਨੂੰ ਮੈਂ ਇਹੀ ਐਡਵਾਈਸ ਕਰੂੰਗਾ ਕਿ ਉਹ ਓਨਟਾਰੀਓ ਦੇ ਵਿੱਚ ਨੂੰ ਛੱਡ ਕੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਆਪਣੇ ਵਾਈਫ ਦੀ ਐਡਮਿਸ਼ਨ ਕਰਵਾਉਣ, ਤਾਂ ਜੋ ਉਹਨਾਂ ਨੂੰ ਫਿਊਚਰ ਦੇ ਵਿੱਚ PNP ਲੈਣੀ ਜਾਂ PR ਲੈਣੀ ਈਜ਼ੀ ਹੋਵੇ, ਕਿਉਂਕਿ ਏਜੰਟਸ ਨਹੀਂ ਦੱਸ ਰਹੇ ਕਿਸੇ ਨੂੰ ਵੀ ਕਿ ਓਨਟਾਰੀਓ ਦੇ ਵਿੱਚ 2-2 ਕਮਰਿਆਂ ਦੇ ਕਾਲਜਸ ਖੁੱਲੇ ਨੇ ਸਿਰਫ ਸਟੱਡੀ ਵੀਜ਼ਾ ਵਾਸਤੇ, ਜਾਂ 3-3 ਰੂਮਸ ਦੇ ਜਿਹੜੇ ਕਾਲਜ ਖੋਲ੍ਹ ਦਿੱਤੇ ਨੇ ਸਿਰਫ ਵਪਾਰ ਕਰਨ ਵਾਸਤੇ, ਬਿਜ਼ਨਸ ਕਰਨ ਵਾਸਤੇ। ਓਨਟਾਰੀਓ ਦੀ PNP ਲੈਣਾ ਜਾਂ PR ਲੈਣਾ ਬਹੁਤ ਮੁਸ਼ਕਲ ਹੈ, 777-8 ਲੈ ਕੇ ਵੀ ਜਿਹੜੀ ਉਹਨਾਂ ਦੀ PNP ਲੈਣਾ ਉਹ ਵੀ ਈਜ਼ੀ ਨਹੀਂ ਲੱਗਦਾ। ਸੋ ਉਹਨਾਂ ਦੇ ਕੋਲ ਉਹ ਮੌਕਾ ਆ ਕਿ ਉਹ ਜੇ ਉਹ 1 ਸਾਲ ਦੀ ਸਟੱਡੀ ਉਹਨਾਂ ਨੇ ਐਕਸਟੈਂਡ ਕਰਵਾਉਣੀ ਆ ਜਾਂ 2 ਸਾਲ ਦੀ ਜਿੰਨੀ ਵੀ ਸਟੱਡੀ ਐਕਸਟੈਂਡ ਕਰਵਾਉਣੀ ਆ, ਉਹ ਓਨਟਾਰੀਓ ਨੂੰ ਛੱਡ ਕੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਨ, ਤਾਂ ਕਿ ਕੱਲ੍ਹ ਨੂੰ ਉਹਨਾਂ ਦੀ PNP ਲਾਉਣੀ ਜਾਂ PR ਲਾਉਣੀ ਜਿਹੜੀ ਆ ਉਹਨਾਂ ਨੂੰ ਈਜ਼ੀ ਹੋ ਸਕੇ, ਨਹੀਂ ਤੇ ਉਸ ਤੋਂ ਬਾਅਦ 'ਚ ਵੀ ਉਹਨਾਂ ਨੂੰ ਮੂਵ ਕਰਨਾ ਪੈਣਾ ਆ ਜੇ ਉੱਥੇ ਸਟੱਡੀ ਲੈ ਵੀ ਲੈਂਦੇ, ਕਿਉਂਕਿ ਉਹਨਾਂ ਦੇ ਪੁਆਇੰਟਸ ਨਹੀਂ ਬਣਨੇ ਤੇ ਫਿਰ ਉਹਨਾਂ ਨੂੰ ਪੈਸੇ ਵੀ, ਕਿਉਂਕਿ ਜਿਹੜੇ ਇੱਥੋਂ ਦੇ ਏਜੰਟ ਉਹਨਾਂ ਨੇ LMI ਵੇਚਣ ਦੇ ਸਾਰਿਆਂ ਦੇ ਪੈਸੇ ਉਹਨਾਂ ਦੇ ਕੋਲ ਲੈਣੇ ਆ, ਤੇ ਉਹ ਉਹਨਾਂ ਦਾ ਖਰਚਾ ਜਿਹੜਾ $40-50,000 ਦੇ ਕਰੀਬ ਡਾਲਰ ਦੇ ਚਲਾ ਜਾਣਾ, ਤੇ ਇਸ ਹੋ ਸਕਦਾ ਕਿ ਇਸ ਦੇ ਬਾਵਜੂਦ ਵੀ ਉਹਨਾਂ ਦੇ ਪੁਆਇੰਟਸ ਨਾ ਬਣ, ਕਿਉਂਕਿ ਜਿਸ ਪ੍ਰੋਵਿੰਸ ਦੇ ਵਿੱਚ ਤੁਸੀਂ ਸਟੱਡੀ ਕੀਤੀ ਹੋਵੇ ਉਹਦੇ ਤੁਹਾਨੂੰ ਐਕਸਟਰਾ ਪੁਆਇੰਟ ਮਿਲਦੇ ਆ, ਤੇ ਜੇ ਤੁਸੀਂ ਸਟੱਡੀ ਕਰਕੇ ਓਨਟਾਰੀਓ ਤੋਂ ਤੇ ਆ ਕੇ ਤੁਸੀਂ ਅਲਬਰਟਾ, BC ਜਾਂ ਯੂਕੋਨ ਜਾਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਚਲੇ ਜਾਂਦੇ ਜੇ, ਤੇ ਤੁਹਾਡੀ ਉਹ ਸਟੱਡੀ ਦੇ ਓਨਟਾਰੀਓ ਦੀ ਸਟੱਡੀ ਦੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਣੇ, ਤੇ ਸਟੱਡੀ ਤੋਂ ਬਗੈਰ ਜਿਹੜੇ ਪੁਆਇੰਟਸ PNP ਲੈਣੀ ਉਹਦੇ ਪੁਆਇੰਟਸ ਤੋਂ ਬਗੈਰ ਜਾਂ PR ਲੈਣੀ ਉਹ ਇੰਪੋਸੀਬਲ ਆ ਜਾਂ ਨਾ ਦੇ ਬਰਾਬਰ ਆ, ਬਹੁਤ ਘੱਟ ਚਾਂਸਸ ਆ ਉਹਨਾਂ ਦੇ। ਦੂਸਰਾ, ਸਟੱਡੀ ਐਡਮਿਸ਼ਨ ਕਾਲਜ ਜਿਹੜਾ ਐਡਮਿਸ਼ਨ ਲੈਟਰ ਜੋਬ ਆਫਰ ਲੈਟਰ ਵੀ ਲਾਉਣ ਦੇ ਤੁਸੀਂ ਹੈਲਪ ਕਰਦੇ ਹੋ ਸ਼ਾਇਦ? ਸਰ ਉਹ ਮਤਲਬ ਹੈਲਪ ਇਸ ਤਰ੍ਹਾਂ ਆ ਕਿ ਅਸੀਂ ਉਹਨਾਂ ਨੂੰ ਖੁਦ ਦੱਸਦੇ ਆ ਕਿ ਇਹ ਬੜਾ ਈਜ਼ੀ ਆ ਵੀ ਤੁਸੀਂ ਖੁਦ ਕਰ ਸਕਦੇ ਹੋ, ਉਹਦੇ ਵਿੱਚ ਜਸਟ ਜੇ ਕੋਈ ਇਸ ਤਰ੍ਹਾਂ ਦਾ ਕਲਾਇੰਟ ਆ ਕਿ ਜਿਹੜਾ ਕਹਿੰਦਾ ਕਿ ਨਹੀਂ ਜੀ ਮੈਂ ਨਹੀਂ ਕਰ ਸਕਦਾ, ਜਾਂ ਮੈਂ ਈਵਨ ਸਾਡੇ ਕੋਲ ਕਾਫੀ ਇਨਕੁਆਇਰੀਸ ਆਈਆਂ, ਉਹਨਾਂ ਨੂੰ ਅਸੀਂ ਖੁਦ ਦੱਸਿਆ ਕਿ ਇਸ ਤਰ੍ਹਾਂ ਤੁਸੀਂ ਅਪਲਾਈ ਕਰ ਲਓ, ਬਟ ਉਹਨਾਂ ਨੂੰ ਨਹੀਂ ਸਮਝ, ਉੱਥੇ ਅਸੀਂ ਹੈਲਪ ਕਰ ਸਕਦੇ ਹਾਂ, ਮਤਲਬ ਪਹਿਲਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਖੁਦ ਕਰ ਲਓ, ਬਾਕੀ ਇਹ ਉਹਨਾਂ ਲਈ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਖੁਦ ਕਰ ਸਕਦੇ ਆ, ਜਿਹਨਾਂ ਨੂੰ ਪਤਾ ਆ ਸਾਰਾ ਕੁਛ, ਤੇ ਉਹ ਉਹਨਾਂ ਨੂੰ ਇਹੀ ਬਸ ਉਹਨਾਂ ਨੂੰ ਐਡਵਾਈਸ ਇਹੀ ਆ ਕਿ ਉਹ ਓਨਟਾਰੀਓ ਨੂੰ ਛੱਡ ਕੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਕਰਨ, ਕਿਉਂਕਿ ਕਈ ਕੇਸਿਸ ਇਹੋ ਜਿਹੇ ਵੀ ਬਣ ਚੁੱਕੇ ਆ ਮੈਰਿਜ ਦੇ ਜਿਨ੍ਹਾਂ ਦੇ ਵਿੱਚ ਵੀਜ਼ਾ ਲੱਗਣਾ ਪੋਸੀਬਲ ਨਹੀਂ ਲੱਗਦਾ ਜਦੋਂ ਅਸੀਂ ਉਹਨਾਂ ਦੀ ਫਾਈਲ ਸਾਰੀ ਵੇਖਦੇ ਹਾਂ। ਸੋ ਉਹਨਾਂ ਨੂੰ ਕੱਲ੍ਹ ਨੂੰ ਈਜ਼ੀ ਆ ਕਿ ਜੇ ਉਹਨਾਂ ਦੀ ਵਾਈਫ PNP ਹੋ ਜੂਗੀ, ਕੱਲ੍ਹ ਨੂੰ PR ਪੈਣੀ, PR ਦੇ ਵਿੱਚ ਉਹਨਾਂ ਦਾ ਨਾਮ ਪੈ ਜਾਏਗਾ ਤੇ ਫਿਰ ਤੇ ਉਹਨਾਂ ਨੂੰ ਵੀਜ਼ਾ ਦੇਣ ਤੋਂ ਕੋਈ ਰੋਕ ਨਹੀਂ ਸਕਦਾ। That's right. Thank you very much, Sukhman, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਐਤਵਾਰ ਦੇ ਟਾਈਮ ਤੋਂ, ਸਵੇਰ ਦਾ ਟਾਈਮ ਤੋਂ ਤੁਸੀਂ ਆਪਣਾ ਸਮਾਂ ਦਿੱਤਾ ਇੱਥੇ ਸਪਾਊਸ ਵੀਜ਼ਾ ਗੱਲ ਕਰਨ ਲਈ, ਤੇ ਮੈਂ ਆਸ ਕਰਦਾ ਕਿ ਕਈ ਲੋਕ ਤੁਹਾਨੂੰ ਮਿਲਣ ਆਉਣਗੇ ਤੇ ਯੂ ਵਿਲ ਬੀ ਏਬਲ ਟੂ ਹੈਲਪ ਦੈਮ, ਤੇ ਐਂਡ ਲੈਟਸ ਸੀ ਵਾਟ ਹੈਪਨਸ। ਥੈਂਕ ਯੂ ਵੈਰੀ ਮੱਚ। ਆਪਣਾ ਇੱਕ ਵਾਰ ਫੋਨ ਨੰਬਰ ਦੁਬਾਰਾ ਰਿਪੀਟ ਕਰ ਦਿਓ, ਵਟਸਐਪ ਵਾਲਾ ਇੰਡੀਆ ਨੰਬਰ ਇੱਕ ਵਾਰ ਦੁਬਾਰਾ। ਹਾਂਜੀ, ਇੰਡੀਆ ਦਾ ਕੋਡ ਲਗਾ ਕੇ +91 7009615636। ਠੀਕ ਹੈ।
ਮੈਂ ਇਹ ਨੰਬਰ ਥੱਲੇ ਮੈਂ ਲਿੰਕ ਵੀ ਦਿਆਂਗਾ ਇੱਕ ਅਪਾਇੰਟਮੈਂਟ ਦਾ, ਅਤੇ ਨੰਬਰ ਨੋਟ ਕਰ ਦਾਂਗਾ। ਦੋਸਤੋ ਇਹ ਨੰਬਰ ਸਿਰਫ ਇੱਕ ਲੰਬੀ ਲੰਬੀ ਕੋਈ ਕੰਸਲਟੇਸ਼ਨ ਕਰਨ ਲਈ ਨਹੀਂ ਹੈ, ਸਿਰਫ ਇੱਕ ਪ੍ਰੋਸੈਸ ਟਾਈਮ ਸੈੱਟ ਕਰਨ ਲਈ ਪੇਮੈਂਟ ਦਾ, ਉਹੀ ਇਹਨਾਂ ਨੇ ਨੰਬਰ ਰੱਖਿਆ ਹੋਇਆ। ਬਾਕੀ ਇਸ ਨੰਬਰ 'ਤੇ ਪੂਰਾ ਡਿਸਕਸ਼ਨ ਨਹੀਂ ਹੋ ਸਕਦਾ, ਰਾਈਟ, ਪੂਰਾ ਕੰਸਲਟੇਸ਼ਨ ਨਹੀਂ ਹਾਂਜੀ ਹੋ। ਸਰ, ਇਹਦੇ ਤੇ ਸਿਰਫ ਇਹੀ ਆ ਕਿ ਇਹਦੇ ਤੇ ਅਸੀਂ ਉਹਨਾਂ ਨੂੰ ਇਹ ਦੱਸ ਸਕਦੇ ਹਾਂ ਕਿ ਤੁਸੀਂ ਕੰਸਲਟੇਸ਼ਨ ਲਈ ਕਿਵੇਂ ਤੁਸੀਂ ਉਹ ਸਾਰੀ ਫੀਸ ਪੇ ਕਰਨੀ, ਜਾਂ ਜੇ ਤੁਹਾਡੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿੱਥੇ ਫਾਰਮ ਕਿਵੇਂ ਫਿਲ ਕਰਨਾ ਆ, ਜਾਂ ਤੁਸੀਂ ਪੁੱਛਣਾ ਕਿ ਕਿਸ ਟਾਈਮ 'ਚ ਅਸੀਂ ਉੱਥੇ ਪੰਜਾਬ ਹੋਣਾ ਆ। ਵੈਸੇ ਤਾਂ ਉਹ ਦੱਸਿਆ ਹੀ ਆ ਕਿ 10 ਤੋਂ 11 ਤੋਂ ਲੈ ਕੇ ਤੇ 22 ਜਾਂ 23 ਤਰੀਕ ਤੱਕ, ਫਰਵਰੀ ਤੱਕ ਜਿਹੜਾ ਵਾ ਅਸੀਂ ਉੱਥੇ ਹੋਵਾਂ, ਕਿਉਂਕਿ ਅਸੀਂ ਕੁਛ ਪੇਪਰ ਫਾਈਲਸ ਵੀ ਉੱਥੋਂ ਕਰਨੀਆਂ ਨੇ, ਉਹਦੇ ਲਈ ਵੀ ਸਾਨੂੰ ਟਾਈਮ ਚਾਹੀਦਾ ਆ। ਤੇ ਹੁਣਾਂ ਤਾਂ ਅਸੀਂ ਪੰਜਾਬ 'ਚ ਹੀ ਆ, ਬਟ ਫਿਰ ਉਦੋਂ ਅਸੀਂ ਕਿਸੇ ਨਾਲ ਕੰਸਲਟੇਸ਼ਨ ਵਾਸਤੇ ਅਸੀਂ ਅਵੇਲੇਬਲ ਨਹੀਂ ਹੋ ਸਕਦੇ ਉਸ ਟਾਈਮ। ਸੋ ਇਹਦੇ ਰਿਗਾਰਡਿੰਗ ਜੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨ ਆ, ਹਾਂ ਇਸ ਤਰ੍ਹਾਂ ਆ ਕਿ ਕੇਸ ਜਦੋਂ ਜਦੋਂ ਕੋਈ ਵੀ ਕੇਸ ਲਈ ਆਪਾਂ ਡਿਸਕਸ ਕਰਦੇ ਉਹਦੇ ਲਈ ਸਾਨੂੰ ਮਿਨੀਮਮ 1 ਘੰਟੇ ਦਾ ਟਾਈਮ ਚਾਹੀਦਾ ਹੈ, ਉਹਦੇ ਡਾਕੂਮੈਂਟਸ ਦੇਖਣੇ। ਤੇ ਇਸ ਤਰ੍ਹਾਂ ਕੁਛ ਲੋਕ ਕਹਿੰਦੇ ਜੀ ਭਾਜੀ ਸਾਨੂੰ ਦੱਸ ਦਿਓ, ਮੈਂ ਇਹਨਾਂ ਨੂੰ ਦੱਸ ਦਿੰਦਾ, ਮੈਂ ਮਨਾ ਨਹੀਂ ਕਰਦਾ, ਬਟ ਉਹਦੇ 'ਚ ਉਹ ਇਨਕੰਪਲੀਟ ਇਨਫੋਰਮੇਸ਼ਨ ਹੁੰਦੀ, ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ, ਉਹਦੇ ਨਾਲ ਉਹ ਮਿਸਗਾਈਡ ਵੀ ਹੋ ਸਕਦੇ ਆ ਗੱਲ ਨੂੰ। ਥੈਂਕ ਯੂ ਵੈਰੀ ਮੱਚ ਤੁਹਾਡਾ, ਤੇ ਆਈ ਵਿਲ ਟਾਕ ਟੂ ਯੂ ਲੇਟਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਓਕੇ।